ਤੁਸੀਂ ਦੇਖ ਰਹੇ ਹੋ ਜੱਸ ਟੀਵੀ, ਮੈਂ ਕੇਪੀ ਸਿੰਘ ਤੁਹਾਡਾ ਸਵਾਗਤ ਕਰਦਾ। ਦੁਸਹਿਰੇ ਦਾ ਜ਼ਿਕਰ ਹੋਵੇ ਅਤੇ ਰਾਮ ਮੰਦਿਰ ਦਾ ਵੀ ਜ਼ਿਕਰ ਹੋ ਜਾਵੇ ਤਾਂ ਫਿਰ ਸਵਾਲ ਉੱਠ ਖੜ੍ਹੇ ਹੁੰਦੇ ਆ। ਸਵਾਲ ਇਸ ਕਰਕੇ ਨਹੀਂ ਉੱਠ ਖੜ੍ਹੇ ਹੁੰਦੇ ਕਿ ਰਾਮ ਮੰਦਿਰ ਦਾ ਜ਼ਿਕਰ ਹੋਇਆ, ਸਵਾਲ ਇਸ ਕਰਕੇ ਉੱਠ ਖੜ੍ਹੇ ਹੁੰਦੇ ਆ ਕਿਉਂਕਿ ਰਾਮ ਮੰਦਿਰ ਦੇ ਨਾਂ 'ਤੇ ਰਾਜਨੀਤੀ ਹੋ ਰਹੀ ਹੈ। ਆਰਐਸਐਸ ਮੁਖੀ ਮੋਹਨ ਭਾਗਵਤ ਨੇ ਇੱਕ ਵਾਰ ਫਿਰ ਬਿਆਨ ਦਿੱਤਾ ਅਤੇ ਸਿੱਧਾ ਸਿੱਧਾ ਕਹਿ ਦਿੱਤਾ ਕਿ ਕਾਨੂੰਨ ਬਣਾਉਣਾ ਪਵੇਗਾ ਸਰਕਾਰ ਨੂੰ ਅਤੇ ਸਰਕਾਰ ਕਾਨੂੰਨ ਬਣਾਵੇ ਅਤੇ ਰਾਮ ਮੰਦਿਰ ਆ ਜਿਹੜਾ ਉਹ ਬਣਾਉਣਾ ਲਾਜ਼ਮੀ ਹੈਗਾ। ਰਾਮ ਮੰਦਿਰ ਨੂੰ ਹੋਰ ਦੇਰੀ ਨਾਲ ਨਹੀਂ ਉਸਾਰਿਆ ਜਾ ਸਕਦਾ, ਰਾਮ ਮੰਦਿਰ ਹੁਣੇ ਉਸਾਰਿਆ ਜਾਵੇਗਾ। ਮੋਹਨ ਭਾਗਵਤ ਨੇ ਇਹ ਕਹਿ ਦਿੱਤਾ। ਇਸੇ ਕਰਕੇ ਅਸੀਂ ਸਵਾਲ ਕਿਉਂ ਪੁੱਛਾਂਗੇ, ਕਿਹੜਾ ਕਾਨੂੰਨ ਬਣਾਏਗਾ ਮੰਦਿਰ? ਕਾਨੂੰਨ ਲਾਣਾ ਚਾਹੀਏ ਆਪਣੇ ਸੰਵਿਧਾਨ ਨੇ ਵੀ। ਰਾਮ ਤੇ ਰਾਜਨੀਤੀ ਪਹਿਲੀ ਵਾਰ ਨਹੀਂ ਹੋਈ, ਇਸ ਕਰਕੇ ਬਹਿਸ ਕਰਨੀ ਪੈ ਰਹੀ ਹੈ ਕਿਉਂਕਿ ਵਾਰ ਵਾਰ ਇਹ ਬਹਿਸ ਕਰਨੀ ਪਵੇਗੀ ਜਦੋਂ ਰਾਮ ਤੇ ਰਾਜਨੀਤੀ ਹੋਵੇਗੀ। ਬਹਿਸ ਜਿਹਨਾਂ ਬਿੰਦੂਆਂ ਤੇ ਕਰਨੀ ਪੈ ਰਹੀ ਹੈ ਤੁਹਾਨੂੰ ਦੱਸ ਦਈਏ, ਬਿੰਦੂ ਜਿਹੜੇ ਨੇ ਆਰਐਸਐਸ ਤੇ ਵਿਜੇ ਦਸ਼ਮੀ ਉਤਸਵ ਵਿੱਚ ਸੰਘ ਮੁਖੀ ਦਾ ਬਿਆਨ ਆਇਆ, ਰਾਮ ਮੰਦਿਰ ਦੀ ਉਸਾਰੀ ਲਈ ਕੇਂਦਰ ਸਰਕਾਰ ਲੈ ਕੇ ਆਵੇ ਕਾਨੂੰਨ, ਛੇਤੀ ਛੇਤੀ ਕੀਤਾ ਜਾਵੇ ਮੰਦਿਰ ਦਾ ਨਿਰਮਾਣ। ਮੋਹਨ ਭਾਗਵਤ ਇਹ ਗੱਲ ਕਹਿ ਰਹੇ ਆ। ਸੰਤ ਸਮਾਜ ਦੇ ਫੈਸਲੇ ਦੇ ਨਾਲ ਖੜ੍ਹੇ ਹਾਂ, ਪ੍ਰਕਿਰਿਆ 'ਚ ਦੇਰੀ ਨਾ ਹੋਵੇ, ਜੇਕਰ ਸਿਆਸਤ ਨਾ ਹੁੰਦੀ ਤਾਂ ਕਦੋਂ ਦਾ ਬਣ ਜਾਣਾ ਸੀ ਰਾਮ ਮੰਦਿਰ, ਇਹ ਵੀ ਮੋਹਨ ਭਾਗਵਤ ਨੇ ਕਿਹਾ। ਮੋਹਨ ਭਾਗਵਤ ਨੇ ਮੰਦਿਰ ਮੁੱਦੇ 'ਤੇ ਕੇਂਦਰ ਸਰਕਾਰ ਨੂੰ ਅਲਟੀਮੇਟਮ ਵੀ ਦੇ ਦਿੱਤਾ। ਮੋਹਨ ਭਾਗਵਤ ਕਿਆ ਕਹਿ ਰਹੀ ਹੈ ਪਹਿਲਾਂ ਸੁਣ ਲਈਏ। ਅਬ ਪਤਾ ਚਲ ਗਿਆ ਕਿ ਵਹਾਂ ਮੰਦਿਰ ਹੈ, ਨੀਚੇ ਹੈ, ਸਭ ਸਿੱਧ ਹੋ ਚੁੱਕਾ ਹੈ, ਫਿਰ ਵੀ ਨਿਆਇਲੇ ਮੇਂ ਪ੍ਰਕਰਣ ਹੈ ਔਰ ਲੰਬਾ ਹੋ ਰਹਾ ਹੈ। ਅਬ ਕਿਤਨਾ ਲੰਬਾ ਹੋ ਜਾਵੇ ਭਾਈ, ਹਿੰਦੂ ਸਮਾਜ ਤੋਂ ਕਿਤਨੇ ਵਰਸੋਂ ਸੇ ਰਾਹ ਦੇਖ ਰਹਾ ਹੈ, ਲੋਕ ਜਾਣਤੇ ਹੈ, ਸੱਤਿਯ ਵੀ ਜਾਣਤੇ ਹੈ, ਨਿਰਣੇ ਤੁਰੰਤ ਆ ਵੀ ਸਕਤਾ ਹੈ, ਲੇਕਿਨ ਕੁਛ ਲੋਕ ਹੈ ਜਿਨਕੋ ਇਸ ਪਰ ਰਾਜਨੀਤੀ ਚਲਾਨੀ ਹੈ, ਉਹ ਇਸਕੋ ਲੰਬਾ ਕਰਦੇ ਹੋਏ ਦਿਖਾਈ ਦੇਤੇ ਹੈ, ਰਾਜਨੀਤਿਕ ਲੋਕ ਹੈ। ਜੇ ਰਾਜਨੀਤੀ ਨਹੀਂ ਆਤੀ ਤੋ ਮੰਦਿਰ ਕਬ ਕਾ ਬਣ ਚੁੱਕਾ ਹੋਤਾ, ਸਹਿਯੋਗ ਸੇ ਬਨਤਾ, ਸਮਨਵਯ ਸੇ ਬਨਤਾ, ਸਬਕੇ ਸਹਿਯੋਗ ਸੇ ਬਨਤਾ, ਲੇਕਿਨ ਰਾਜਨੀਤੀ ਆ ਗਈ ਬੀਚ। ਔਰ ਇਸ ਲਈ ਰਾਮ ਜਨਮ ਭੂਮੀ ਆੰਦੋਲਨ ਕੇ ਇੱਕ ਸਹਿਯੋਗੀ ਸੰਗਠਨ ਕੇ ਨਾਤੇ ਹਮ ਕਹਤੇ ਨਹੀਂ, ਰਾਮ ਜਨਮ ਭੂਮੀ ਪਰ ਸ਼ੀਘਰਤਾ ਪੂਰਵਕ ਰਾਮ ਮੰਦਿਰ ਬਣਨਾ ਚਾਹੀਏ। ये ऐसे है और इस प्रकरण को केवल लंबा करने के लिए जो हस्तक्षेप चले है वो प्रकरण लंबा नहीं होना चाहिए, जल्दी निर्णय मिलना चाहिए। और हम कहते हैं कि सरकार कानून बनाए, कानून बनाकर मंदिर बनाए। भगवान राम ये संप्रदाय का नहीं है, हिंदू मुसलमान का प्रश्न है, वो भारत है भाई, भारत का प्रतीक है, सबके जीवन पर उनका प्रभाव है। उनका मंदिर जिस किसी मार्ग से बनता है बनना चाहिए, सरकार ने उसका कानून लाना चाहिए अपने संविधान में भी, जो मूल प्रति है उसमें जो चित्र दिखाए गए, चित्रों की मालिका है, हमारे जीवन का निर्देश करने वाली, हमारे जीवन की सतत चलते आयु परंपरा का निर्देश करने वाली, उसमें सब बात है, उसमें भगवान राम का चित्र है, ये ध्यान में रखना चाहिए, इसलिए हमारी वो मांग है। ये भी लोग कहते हैं कि इनकी तो सत्ता है अभी तक क्यों नहीं बना, तो सत्ता बदलने से मांगे पूरी होती है ऐसा एक भ्रम है लेकिन चल रहा है। और प्रजातंत्र में ये भी है कि चुनाव होते हैं, चुनाव होते हैं तो हम राजा बन जाते हैं, हम सब मतदाता है, लेकिन एक ही दिन के राजा रहते हैं, एक दिन मतदान करो और उसको 5 साल भुगतो कम से कम, कुछ तो निर्णय फिर ऐसे हो जाते जो सालों साल भुगतने पड़ते। एक दिन वोटिंग करो, 5 साल भुगतो, ये भी मोहन भागवत ने किया। सवाल क्यों पूछा गया? सवाल असं ये पूछा कि राम मंदिर के कानून बनाने की मांग करके आरएसएस ने केंद्र सरकार को किहड़े राह ते पाया। खास पैनल साडा मौजूद हैगा, उन्होंने तुहाडा तारुफ कर रहा है मोहम्मद खालिद, ये पोलीटिकल एनलिस्ट तौर पर साडा मौजूद रहेंगे। खालिद साहब तुहाडा बहुत स्वागत है। हरजीत भुल्लर भारतीय जनता पार्टी नुमाइंदगी करते हैं, भारतीय किसान संघ के उप प्रधान ने ਸੂਬਾ ਪੰਜਾਬ ਅਤੇ ਇਹ ਆਰਐਸਐਸ ਦਾ ਵਿੰਗੀ ਹੈ। ਭੁੱਲਰ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਸੁਰਜੀਤ ਸਿੰਘ ਸਵੈਚ ਕਾਂਗਰਸ ਦੀ ਨੁਮਾਇੰਦਗੀ ਕਰਦੇ ਆ, ਨਾਲੇ ਖੁਦ ਵਕੀਲ ਵੀ ਹੈਗੇ ਆ। ਸਵੈਚ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਜਸਤੇਜ ਸਿੰਘ ਆਮ ਆਦਮੀ ਪਾਰਟੀ ਦੀ ਨੁਮਾਇੰਦਗੀ ਕਰਦੇ ਆ, ਇਹ ਵੀ ਨਾਲ ਵਕੀਲ ਹੈਗੇ ਆ, ਮਸਲਾ ਵਕੀਲਾਂ ਨਾਲ ਵੀ ਜੁੜਿਆ ਹੋਇਆ ਹੈ। ਸਭ ਤੋਂ ਪਹਿਲਾ ਸਵਾਲ ਹਰਜੀਤ ਭੁੱਲਰ ਤੁਹਾਨੂੰ ਕਰਨ ਚੁੱਕਾ। ਹਰਜੀਤ ਭੁੱਲਰ, ਆਰਐਸਐਸ ਤੁਹਾਨੂੰ ਸਲਾਹ ਦੇ ਰਹੀ ਹੈ ਜਾਂ ਸੋਰੀ ਮਾਫ਼ ਕਰਨਾ ਮੈਂ ਸਵਾਲ ਹੀ ਗਲਤ ਕਰ ਗਿਆ, ਤੁਸੀਂ ਸਲਾਹ ਦੇ ਰਹੇ ਹੋ ਸਰਕਾਰ ਨੂੰ ਜਾਂ ਸਰਕਾਰ ਨੇ ਕਿਹਾ ਵੀ ਸਾਨੂੰ ਸਲਾਹ ਦਿਓ? ਦੇਖੋ, ਇਹ 'ਚ ਸਲਾਹ ਵਾਲੀ ਕੋਈ ਗੱਲ ਹੀ ਨਹੀਂ ਹੈਗੀ। ਇੱਕ ਚੀਜ਼, ਇੱਕ ਮੁੱਦਾ ਜਿਹੜਾ ਹੈ ਇੰਨੇ ਸਾਲਾਂ ਤੋਂ ਲਟਕਿਆ ਹੋਇਆ ਹੈ। ਅਸੀਂ ਪਹਿਲਾਂ ਸਰਕਾਰ 'ਚ ਆਏ ਜਦੋਂ ਵਾਜਪਾਈ ਜੀ ਸੀਗੇ, ਉਸ ਤੋਂ ਬਾਅਦ ਹੁਣ ਸਰਕਾਰ 'ਚ ਆਏ, ਅਸੀਂ ਕੋਈ ਸਰਕਾਰ ਦਾ ਫਾਇਦਾ ਚੱਕ ਕੇ ਨਹੀਂ ਉੱਥੇ ਕੁਛ ਕੀਤਾ ਹੈਗਾ, ਅਸੀਂ ਜਿਹੜੀ ਨਿਆਇਲੇ ਦੀ ਪ੍ਰਤੀਕਿਰਿਆ ਸੀ ਉਹਦੀ ਵੇਟ ਕੀਤੀ ਹੈ।
और वेट कितनी लंबी करनी पेगी उस चीज नु देख दिया है कानून तो ऊपर हो गए ਤੁਸੀਂ ਨਹੀਂ ਕਾਨੂੰਨ ਤੋਂ ਉੱਪਰ ਹੋ ਗਏ ਕਾਨੂੰਨ ਤੋਂ ਉੱਪਰ ਇੰਤਜ਼ਾਰ ਨਹੀਂ ਕਰ ਸਕਦੇ ਦੇਖੋ ਜੇ ਕਾਨੂੰਨ ਤੋਂ ਉੱਪਰ ਹੁੰਦੇ ਤਾਂ ਫਿਰ ਬਣਾ ਲੈਂਦੇ ਅਸੀਂ ਕੋਰਟ 'ਚ ਮਾਮਲਾ ਤੁਸੀਂ ਵਾਰ-ਵਾਰ ਇਹ ਗੱਲ ਕਹੀ ਜਾਂਦੇ ਬਣਾਵਾਂਗੇ ਸਾਡਾ ਹੱਕ ਹੈ ਉਸ ਚੀਜ਼ ਨੂੰ ਮੰਗਣਾ ਅਤੇ ਹੱਕ ਹੈਗਾ ਨਾ ਤੁਸੀਂ ਤਾਂ ਅਸੀਂ ਦੇ ਰਹੇ ਸਰਕਾਰਾਂ ਨੂੰ ਗੱਲ ਇਹ ਹੈ ਵੀ ਬਾਬਰ ਨੇ ਕਿਹਨੂੰ ਮੰਗਿਆ ਸੀਗਾ ਬਾਬਰ ਨੇ ਢਾ ਕੇ ਉੱਥੇ ਮੰਦਿਰ ਜਾਂ ਮਸਜਿਦ ਬਣਾਤੀ ਅੱਜ ਸਾਬਤ ਹੋ ਗਿਆ ਉੱਥੇ ਜਦੋਂ ਖੁਦਾਈ ਹੋ ਰਹੀ ਹੈ ਕਿ ਉੱਥੇ ਮੰਦਿਰ ਸੀਗਾ ਉਹ 'ਚ ਕੋਈ ਗੱਲ ਰਹੀ ਨਹੀਂ ਗਈ ਹੋਰ ਤੁਸੀਂ ਕਿੰਨੇ ਸਾਬਤ ਕੀਤਾ ਦੇਖੋ ਉੱਥੋਂ ਜਿਹੜੀਆਂ ਚੀਜ਼ਾਂ ਨਿਕਲ ਰਹੀਆਂ ਨੇ ਉਹ ਚੀਜ਼ਾਂ ਸਾਬਤ ਹੋ ਰਿਹਾ ਵੀ ਉੱਥੇ ਮੰਦਿਰ ਸੀਗਾ ਸਾਬਤ ਹੋ ਚੁੱਕਿਆ ਬਿਲਕੁਲ ਸਾਬਤ ਹੋਇਆ ਜੀ ਕਿ ਉੱਥੇ ਮੰਦਿਰ ਸੀਗਾ ਕਾਨੂੰਨ ਨੂੰ ਨਹੀਂ ਪਤਾ ਇਸ ਗੱਲ ਦਾ ਦੇਖੋ ਕਾਨੂੰਨ ਤਾਂ ਹੀ ਤਾਂ ਅਸੀਂ ਉਸ ਚੀਜ਼ ਨੂੰ ਮੰਗ ਰਹੇ ਹਾਂ ਵੀ ਕਾਨੂੰਨ ਇੰਨਾ ਜ਼ਿਆਦਾ ਡਿਲੇ ਕਿਉਂ ਕਰ ਰਿਹਾ ਹੈ ਜਿਹੜੀ ਜੁਡੀਸ਼ਰੀ ਹੈ ਉਹਦੇ ਤੇ ਚੁੱਪ ਕਿਉਂ ਬੈਠੀ ਹੈ ਬਾਕੀ ਮਸਲੇ ਪਤਾ ਨਹੀਂ ਕਿ ਕਾਨੂੰਨ ਇੰਨਾ ਡਿਲੇ ਕਰ ਰਿਹਾ ਕਿਉਂ ਨਹੀਂ ਗੱਲ ਹੁੰਦੀ ਜੀ ਇੰਨੇ ਮਸਲੇ ਸੁਪਰੀਮ ਕੋਰਟ ਦੇ ਵਿੱਚ ਲੱਗੇ ਪਏ ਆ ਇੰਨੇ ਮਸਲੇ ਕੋਰਟਾਂ ਦੇ ਵਿੱਚ ਪਏ ਆ ਇੰਨੇ ਕਾਨੂੰਨ ਨਵੇਂ ਬਣੇ ਨੇ ਇੰਨੇ ਕਾਨੂੰਨ ਨਵੇਂ ਬਣੇ ਨੇ ਟ੍ਰਿਪਲ ਤਲਾਕ ਦੇ ਉੱਤੇ ਇੰਨਾ ਵੱਡਾ ਜਿਹੜਾ ਮੁੱਦਾ ਸੀਗਾ ਉੱਥੇ ਵੀ ਜਿਹੜਾ ਹੈਗਾ ਅਗਰ ਸਾਡੀ ਸਰਕਾਰ ਨੇ ਲੈ ਕੇ ਆਉਂਦਾ ਤੇ ਇਹ ਕੋਈ ਬਹੁਤ ਵੱਡੀ ਗੱਲ ਨਹੀਂ ਹੈਗੀ ਹੁਣ ਸਰਕਾਰ ਆਰਡੀਨੈਂਸ ਲੈ ਕੇ ਆਊਗੀ ਸਰਕਾਰ ਕਾਨੂੰਨ ਲੈ ਕੇ ਆਊਗੀ ਚਾਹੁੰਦੇ ਕਿ ਲੈ ਕੇ ਆਵੇ ਨਹੀਂ ਚਾਹੁੰਦੇ ਆ ਕਿ ਲੈ ਕੇ ਆ ਰਹੇ ਹੋ ਤੁਸੀਂ ਦੋਨੋਂ ਪਾਸੇ ਚੱਲਦੇ ਪਏ ਨਾ ਤੁਸੀਂ ਆਰਐਸਐਸ ਦੇ ਵੀ ਆ ਕੇ ਸਰਕਾਰ ਨੇ ਆਣਾ ਸਾਡੀ ਇਹ ਮੰਗ ਹੈ ਕਿ ਇਹਨੂੰ ਲੈ ਕੇ ਆਉਣਾ ਚਾਹੀਦਾ ਹੈ ਆਰਐਸਐਸ ਬੀਜੇਪੀ ਨਾਲ ਵੱਖਰੀ ਹੈ ਆਰਐਸਐਸ ਬੀਜੇਪੀ ਨਾਲ ਵੱਖਰੀ ਹੈ ਕਿ ਆਰਐਸਐਸ ਬੀਜੇਪੀ ਇੱਕ ਆਰਐਸਐਸ ਜਿਹੜੀ ਹੈ ਉਹ ਇੱਕ ਸੈਪਰੇਟ ਇੱਕ ਆਪਣਾ ਕੰਮ ਕਰਦੀ ਹੈ ਸਰਕਾਰ ਨੇ ਇੱਕ ਆਪਣਾ ਸੈਪਰੇਟ ਕੰਮ ਕਰਨਾ ਹੈ ਸਾਡੀ ਇਹ ਮੰਗ ਹੈਗੀ ਸਰਕਾਰ ਦੀ ਤੁਸੀਂ ਦੋਨਾਂ ਦੀ ਨੁਮਾਇੰਦਗੀ ਕਰਦੇ ਹੋ ਨਾ ਇਹ ਤਾਂ ਆਰਐਸਐਸ ਦੀ ਵੀ ਨੁਮਾਇੰਦਗੀ ਕਰਦੇ ਹੋ ਬੀਜੇਪੀ ਦੀ ਨੁਮਾਇੰਦਗੀ ਕਰਦੇ ਹੋ ਅਸੀਂ ਤੇ ਕਹਿੰਦੇ ਆ ਕਿ ਉੱਥੇ ਮੰਦਰ ਬਣਨਾ ਚਾਹੀਦਾ ਬਸ ਉਹਦਾ ਜਿਹੜਾ ਹੈਗਾ ਚਾਹੇ ਕਾਨੂੰਨ ਦੇ ਕਾਨੂੰਨ ਬਣਾ ਕੇ ਲੈ ਕੇ ਬਣਾਉਣਾ ਪਵੇ ਚਾਹੇ ਜਿਹੜੀ ਜੁਡੀਸ਼ਰੀ ਅਗਰ ਤੇ ਕੋਈ ਡਿਸੀਜਨ ਦਿੰਦੀ ਹੈ ਉਹ ਆਪਣਾ ਡਿਸੀਜਨ ਦੇਵੇ ਜਸੇ ਸੇ ਇਹ ਤਾਂ ਕਾਨੂੰਨ ਤੋਂ ਉੱਪਰ ਹੋ ਗਏ ਗੱਲ ਕਾਨੂੰਨ ਦੀ ਨਹੀਂ ਹੈ ਗੱਲ ਇਹ ਹੈ ਕਿ ਬਈ ਚਲੋ ਯੈਸ ਯੂ ਆਰ ਰਾਈਟ ਉਸ ਪੁਆਇੰਟ ਆਫ ਵਿਊ ਤੋਂ ਮੈਂ ਪਰ ਇੱਥੇ ਜੇ ਆਪਾਂ ਸਪੈਸੀਫਿਕ ਇਸ਼ੂ ਦੇਖੀਏ ਕਿ ਐਸੇ ਟਾਈਮ ਤੇ ਇਹ ਲੋਕ ਬਿਆਨ ਦਿੰਦੇ ਹੈ ਕਿ ਕੋਰਟ ਦੇ ਵਰਡਿਕਟ ਨੂੰ ਰਿਸਪੈਕਟ ਕਰਨਾ ਚਾਹੀਦਾ ਇਹ ਇਹ ਇਹਨਾਂ ਦੇ ਸਿਮਿਲਰ ਬਿਆਨ ਆਏ ਸੀਗੇ ਜਦੋਂ ਅਟਲ ਬਿਹਾਰੀ ਵਾਜਪੇਈ ਦੀ ਸਰਕਾਰ ਸੀਗੀ ਜਦ ਵੀ ਬੀਜੇਪੀ ਦੀ ਸਰਕਾਰ ਹੁੰਦੀ ਹੈ ਸੈਂਟਰ ਦੇ ਵਿੱਚ ਇਹ ਕੋਰਟ ਦੇ ਬਾਰੇ ਗੱਲਾਂ ਕਰਨੀ ਸ਼ੁਰੂ ਕਰ ਦਿੰਦੇ ਹੈ ਐਂਡ ਜਦ ਵੀ ਕਿਸੇ ਹੋਰ ਪਾਰਟੀ ਦੀ ਸਰਕਾਰ ਹੁੰਦੀ ਹੈ ਇਹ ਬਿਲਕੁਲ ਫੈਕਚੁਅਲ ਬੇਸ ਗੱਲ ਕਰ ਰਿਹਾ ਮੈਂ ਤੁਹਾਨੂੰ ਉਦੋਂ ਇਹ ਕਹਿੰਦੇ ਆ ਜੀ ਇਹ ਕੋਰਟ ਦੇ ਨਾਲ ਰਿਲੇਟਡ ਮਾਮਲਾ ਨਹੀਂ ਹੈ ਇਹ ਧਰਮ ਨਾਲ ਰਿਲੇਟਡ ਮਾਮਲਾ ਹੈ ਅਤੇ ਬਈ ਜਿਹੜੀ ਬੀਜੇਪੀ ਤੋਂ ਇਲਾਵਾ ਕੋਈ ਸਰਕਾਰ ਹੈ ਉਹਨੂੰ ਇਹ ਤੰਜ ਕੱਸਣੇ ਸ਼ੁਰੂ ਕਰ ਦਿੰਦੇ ਆ ਪਰ ਅੱਜ ਕਿਉਂ ਇਹ ਬਾਰ ਬਾਰ ਇਹੋ ਜਿਹੇ ਮੁੱਦੇ ਉਠਾਏ ਜਾ ਰਹੇ ਹੈ ਆਰ ਐਸ ਐਸ ਦੇ ਥਰੂ ਇਹ ਸੋਚਣ ਵਾਲੀ ਗੱਲ ਹੈ ਮੇਨ ਕੇ ਪੀ ਸਿੰਘ ਜੀ ਦੇਖੋ ਅੱਜ ਕਿਸਾਨ ਮਰ ਰਿਹਾ ਕਿਸਾਨ ਵਾਸਤੇ ਇਹ ਲੋਕ ਕੁਛ ਨਹੀਂ ਕਰ ਰਹੇ ਠੀਕ ਹੈ ਕਿਸਾਨ ਵਾਸਤੇ ਇਹਨਾਂ ਨੇ ਨੇਮ ਸੇਕ ਇੱਕ ਐੱਮ ਐੱਸ ਪੀ ਕਰਤਾ ਅੱਜ ਹਰਿਆਣੇ ਤੋਂ ਵੀ ਰਿਪੋਰਟਾਂ ਆ ਗਈਆਂ ਪੰਜਾਬ ਤੋਂ ਵੀ ਆ ਗਏ ਆ ਕਿ 1770 ਦੀ ਐੱਮ ਐੱਸ ਪੀ ਦੀ ਥਾਂ 'ਤੇ ਹਰਿਆਣਾ ਦੇ ਕਿਸਾਨਾਂ ਨੂੰ ਜਿੱਥੇ ਬੀਜੇਪੀ ਹੈਗੀ ਹੈ ਉੱਥੇ ਦੀ ਗੱਲ ਕਰੋ ਨਾ ਤੁਸੀਂ ਇਹ ਕਹਿ ਰਹੇ ਹੋ ਕਿ ਮੁੱਦੇ ਦੀ ਗੱਲ ਨਹੀਂ ਕਰਨਾ ਚਾਹੁੰਦੇ ਬਿਲਕੁਲ ਸਿਰਫ ਦੇਖੋ ਉਹੀ ਤਾਂ ਗੱਲ ਦੱਸਣੀ ਹੈ ਨਾ ਕਿ ਵੀ ਬਰਨਿੰਗ ਇਸ਼ੂਜ਼ ਕਿਹੜੇ ਨੇ ਕਿ ਕਿਸਾਨ ਦੀ ਆਤਮਹੱਤਿਆਵਾਂ ਰੁਕ ਗਈਆਂ ਕਿ ਐਜੂਕੇਸ਼ਨ 'ਤੇ ਇਹਨਾਂ ਨੇ ਬਜਟ ਕੋਈ ਵਧਾਇਆ ਬੁਰਾ ਹਾਲ ਹੋਇਆ ਪਿਆ ਸਕੂਲਿੰਗ ਦਾ ਬੱਚਿਆਂ ਦਾ ਠੀਕ ਹੈ 5,000 ਰੁਪਏ ਦਾ ਪ੍ਰਾਈਵੇਟ ਸਕੂਲ ਦੀ ਇੱਕ ਇੱਕ ਮਹੀਨੇ ਦੀ ਫੀਸ ਹੋ ਰਹੀ ਹੈ ਉਹਦੇ ਉਹਦੇ ਉੱਤੇ ਕੋਈ ਕੰਮ ਨਹੀਂ ਕੀਤਾ ਸਾਡਾ ਜਿਹੜਾ ਜਵਾਨ ਹੈ ਜਵਾਨ ਉੱਥੇ ਮਰ ਰਿਹਾ ਹੈ ਲਗਾਤਾਰ ਇਹਨਾਂ ਦੇ ਮੈਨੀਫੈਸਟੋ ਦਾ ਕੋਈ ਵੀ ਇਹਨਾਂ ਨੇ ਕਲੋਜ਼ ਪੂਰਾ ਨਹੀਂ ਕੀਤਾ ਜਿਨ ਇੱਕ ਹੋਰ ਨਵੀਂ ਰਿਪੋਰਟ ਆ ਗਈ ਹੈ ਜਿਨ੍ਹਾਂ ਜਿਹੜੇ ਪਿੰਡ ਨੂੰ ਇਹਨਾਂ ਨੇ ਰਾਜਸਥਾਨ 'ਚ ਓਪਨ ਡਿਫੈਕੇਸ਼ਨ ਫ੍ਰੀ ਦਿੱਤਾ ਸੀਗਾ ਕਿ ਵੀ ਇੱਥੇ ਬਿਲਕੁਲ ਵੀ ਹੁਣ ਓਪਨ ਦੇ ਵਿੱਚ ਸ਼ੌਚਾਲੇ ਸ਼ੌਚ ਨਹੀਂ ਵਰਤਿਆ ਜਾ ਰਿਹਾ ਉੱਥੇ ਦੀ ਰਿਪੋਰਟਾਂ ਆ ਗਈਆਂ ਕਿ ਉੱਥੇ ਇਹ ਬਿਲਕੁਲ ਗਲਤ ਕਰਾਰ ਦਿੱਤੀ ਗਈ ਐਂਡ ਉੱਥੇ ਵੀ ਟੋਇਲਟਸ ਹੀ ਨਹੀਂ ਬਣੇ ਹੋਏ ਸੋ ਇਹ ਦੇਖੋ ਇਸ ਵੇਲੇ ਇੱਕ ਵੀ ਇਹ ਵਾਅਦਾ ਆਪਣਾ ਪੂਰਾ ਕਰਨ ਨਹੀਂ ਪਾਇਆ 2019 ਦੇ ਇਲੈਕਸ਼ਨਾਂ ਸਿਰ 'ਤੇ ਖੜੀਆਂ ਹੁਣ ਇਹ ਇਹ ਲੋਕਾਂ ਨੂੰ ਭੜਕਾਉਣ ਦੀ ਰਾਜਨੀਤੀ ਜਿਹੜੀ ਹੈ ਇਹ ਇਸ ਵੇਲੇ ਹਾਵੀ ਹੋ ਜਾਂਦੀ ਹੈ ਭਾਵੇਂ ਅਸੀਂ ਬਰਗਾੜੀ 'ਚ ਲੈ ਲਈਏ ਅਤੇ ਭਾਵੇਂ ਅਸੀਂ ਰਾਮ ਮੰਦਿਰ ਨੂੰ ਲੈ ਲਈਏ ਕਿਉਂਕਿ ਮੁੱਦਿਆਂ ਦੇ ਉੱਪਰ ਜਦੋਂ ਇਹ ਲੋਕ ਆਉਂਦੇ ਆ ਤਾਂ ਇਹਨਾਂ ਕੋਲ ਜਵਾਬ ਹੀ ਨਹੀਂ ਹੈਗੇ ਤੁਹਾਨੂੰ ਲੱਗਦਾ ਕਿ ਰਾਮ ਦੇ ਸਹਾਰੇ 2019 'ਚ ਜਾਣਗੇ ਸੌਰੀ ਰਾਮ ਦੇ ਸਹਾਰੇ 2019 'ਚ ਜਾਣਗੇ ਬਿਲਕੁਲ ਇਹ ਇਹ ਵੰਡ ਪਾ ਰਹੇ ਆ ਨਾ ਇਹ ਇਹ ਜਿਹੜੀ ਪੋਲੀਟਿਕਸ ਕਰ ਰਹੇ ਆ ਇਹ ਇੱਕ ਪਾਸੇ ਮੈਂ ਉਹੀ ਕਹਿ ਰਿਹਾ ਨਾ ਤੁਸੀਂ ਪਿਛਲੇ ਹਫ਼ਤੇ ਸਾਰੇ ਡਿਬੇਟਰ ਚੱਕ ਕੇ ਦੇਖ ਲਓ ਬੀਜੇਪੀ ਦੇ ਨੁਮਾਇੰਦੇ ਆ ਕੇ ਕਾਂਗਰਸ ਨੂੰ ਕਹਿੰਦੇ ਪੰਜਾਬ ਦੇ ਵਿੱਚ ਅਸੀਂ ਤਾਂ ਕਹਿ ਹੀ ਰਹੇ ਹਾਂ ਕਿ ਬਰਗਾੜੀ ਦੇ ਉੱਪਰ ਇਹ ਲੋਕ ਪੋਲੀਟਿਕਸ ਖੇਡ ਰਹੇ ਆ ਹੁਣ ਰਾਮ ਮੰਦਿਰ 'ਤੇ ਕੀ ਕਰ ਰਹੇ ਤੁਸੀਂ ਕਹਿੰਦੇ ਪੋਲੀਟਿਕਸ ਹੋ ਰਹੀ ਹੈ ਹੋ ਚੁੱਕੀ ਹੈ ਬਹੁਤ ਹੋ ਚੁੱਕੀ ਹੈ ਇੱਕ ਛੋਟਾ ਬ੍ਰੇਕ ਲੈਣਾ ਬ੍ਰੇਕ ਤੋਂ ਵਾਪਸ ਆਵਾਂਗੇ ਮੋਹਨ ਭਾਗਵਤ ਦੇ ਬਿਆਨ ਦਾ ਵਿਰੋਧ ਕਰੇਗੀ ਬੀਜੇਪੀ ਇਹ ਸਵਾਲ ਬੜਾ ਅਹਿਮ ਹੈਗਾ ਪਰ ਇਹ ਸਵਾਲ ਹੈ ਇਸਦਾ ਜਵਾਬ ਹੈ ਜਿਹੜਾ ਇਸ ਚਰਚਾ ਵਿੱਚ ਹੀ ਮਿਲ ਚੁੱਕਿਆ ਹੈਗਾ ਕਿਹੜਾ ਕਾਨੂੰਨ ਆ ਜਿਹੜਾ ਮੰਦਰ ਬਣਾਏਗਾ ਬ੍ਰੇਕ ਤੋਂ ਬਾਅਦ ਵਾਪਸ ਆ ਕੇ ਇਹ ਸਵਾਲ ਦੁਬਾਰਾ ਫਿਰ ਪੁੱਛਾਂਗੇ ਰਾਮ ਮੰਦਰ ਤੇ ਕਾਨੂੰਨ ਬਣਾਉਣ ਦੀ ਮੰਗ ਕਰਕੇ ਆਰਐਸਐਸ ਨੇ ਕੇਂਦਰ ਸਰਕਾਰ ਨੂੰ ਕਿਹੜੇ ਰਾਹ ਤੇ ਪਾਇਆ ਸਰਜੀਤ ਸਿੰਘ ਸਵੈਚ ਕਾਂਗਰਸ ਦੀ ਟਿੱਪਣੀ ਕੀ ਇਸ ਤੇ ਦੇਖੋ ਮੋਹਨ ਭਾਗਵਤ ਦਾ ਜਿਹੜਾ ਬਿਆਨ ਆਇਆ ਹੈ ਉਹਦੇ ਨਾਲ ਸਪਸ਼ਟ ਹੋ ਗਿਆ ਦੋ ਗੱਲਾਂ ਸਪਸ਼ਟ ਹੋ ਗਈਆਂ ਨੇ ਕਿ ਇੱਕ ਤਾਂ ਜਿਹੜਾ
मोदी जी ते भाजपा का विकास का मुद्दा जिहड़ा विकास करते ने गल्लां करते ने वह विकास का मुद्दा छड के अगले इलैक्शन दे विच जिहड़ियां हाले पंज स्टेटां दे चुनाव हो रही ने ते 2019 दे पार्लीमेंट दे हो रही ने उहनां विच इहनां दा मेन मुद्दा राम का मुद्दा होएगा बीजेपी ने सारे मुद्दे फेल हुए देखो देश की इकोनॉमी खत्म हैगी है देश दे विच किसान की बुरी हालत हैगी है देश दे विच इंडस्ट्री जो इनफॉर्मल सैक्टर खत्म है GST ने नाश मारिया डीमोनेटाइजेशन ने नोटबंदी ने खत्म कर दी इकोनॉमी लोग तरह तरह कर रहे हैं डीजे पेट्रोल कितने पहुँच गया हर फ्रंट पर सरकार फेल हुई है सो यह दो गल्लां जिहड़े मैं कह रहा वो ये ने एक तो RSS खुल के BJP के चोणों के मैदान आज आ गई है तो हुण पंज स्टेटां दे अगे पार्लीमेंट दे विच ते मेन मुद्दा इहनां दा राम दा धर्म दा वो होएगा ते इह ना हुण सुप्रीम कोर्ट नूं कुछ समझदे ने ना कोई देश दे कानून नूं कुछ समझदे ने इहदा कहिंदे ने वी किसे ना किसे तरह असीं देश दे विच एक कम्यूनल जड़ी हैगी है वो पोलराइजेशन करके अपने चोणा जितने एक मकसद रह गया RSS दा ते नाल ठीक मोहम्मद खालिद तुसी राजनीति दे जानकार राजनीति की कहती है कि राम दे मुद्दे ते चोणा लड़िया जा ते चोणा जीती जा सवाल मैं इस करके पूछ रहा मोहम्मद खालिद क्योंकि भारतीय जनता पार्टी जी राजनीति है वो कुछ दहाके पहला तक सिर्फ राम मंदिर से केंद्रित सी पर जो 2014 का मैनीफेस्टो आना उन्होंने कुछ क लाइना के राम मंदिर का मुद्दा सिमट के रह जाता है तो उस मुद्दे भारतीय जनता पार्टी तुही तुहानू की लगता है कि दोबारा लियाना चाह रही है ज RSS का एक वखरा राग है देखो पहली चीज़ तो हैगी है कि BJP पहली बार इस मुद्दे अगे नहीं लै रही पहलियाँ दो चोणा जिहड़ियां हैगियां वह इस मुद्दे पर लड़िया जा चुकी एक तो मंदिर वहीं बनाया गया तो मुद्दा सेगा ठीक है एक था राम रोटी और इंसाफ ये दो चोणा जिहड़ियां जिहड़ियां जनरल इलैक्शन सीगे इहदे पर लड़े गए हैं तीसरा यह हैगा दूसरी चीज़ यह हैगी है कि जिहड़ा मोहन भागवत का जिहड़ा बयान है जिहड़ा कि आप सुन रहे हैं हुण वो बहुत ही सैल्फ कंट्राडिक्टरी है एक पासे तो कह रहे हैं कि कोई भी तरीका अपनाया जाए मंदिर बनाना पेगा दूसरी तरफ ये कह रहे हैं कि कानून बनाया जाए ये उपर तीसरा यह हैगा कि धर्म संसद जी है वो असं भाईवाल हाँ उन्होंने मिल के असं अपील कर रहे हैं तीन डिफरेंट चीज़ा हो गई चौथा यह हैगा भी राजनीति हो रही है नहीं मंदिर कद्दा बन जाता इनफैक्ट मस्जिद का ढाया जाना वो भी राजनीति सी गल हैगी कि तुसी किस तरीके दे नाल इस मंदिर भूमि कहिए मंदिर भूमि कहिए मस्जिद की भूमि कहिए विवादित भूमि देखो गल है उत्थे मस्जिद सी तुसी बार बार हुण भी फोटो चल रही है मस्जिद ढाई जा रही है कोई मंदिर नहीं ढाया जा रहा अगर उत्थे मंदिर सीगा वी मंदिर क्यों ढा रहे हैं इहदा मतलब मस्जिद सीगी और किन्ने सालों तो मस्जिद सी हुण गल ये हैगी कि उस तो पहले उत्थे मंदिर सीगा या नहीं सीगा सुप्रीम कोर्ट ने इस चीज़ नूं बिल्कुल खारिज करता वह कहिंदा असीं तां इह देखना है भी जमीन किहनूं बिलोंग करदी है असीं तां इस चीज़ के उपर फैसला करना है बाकी वह जिहड़ा हैगा वह मामला साते उहदे तों बाहर है तीसरी चीज जी धर्म की गल नहीं करनी सिर्फ जमीन की गल करनी है भी मालकाना हक किहदे कोल तुसीं फिर जमीन की गल करो हां जी मालकाना हक किहदे कोल उहदे विच हाई कोर्ट का जिहड़ा फैसला है हाई जिहदे जिहदे अगेंस्ट अपील हुई है सुप्रीम कोर्ट के हाई कोर्ट के फैसले मुताबिक जमीन के तीन हिस्से करते एक हिस्सा जिहड़ा सीगा वह सुन्नी वक्फ बोर्ड नूं देता एक निर्मोही अखाड़े नूं देता और तीसरा जिहड़ा हैगा ट्रस्ट नूं देता उहदे अगेंस्ट अपील हो गई है हुण सुप्रीम कोर्ट ने यह फैसला करना है कि क्या वाकई मालकाना हक तिना दा या दो दा या एक दा इस चीज़ के उपर है उत्थे सुप्रीम कोर्ट के सुप्रीम कोर्ट के मंदिर बनाना या नहीं बनाना यह मसला नहीं है तीसरी जी एक होर इंपॉर्टेंट चीज़ है जब जिस वेले तुसी मैनीफेस्टो पढ़ो पिछला जिहड़ा 2014 दा उहदे विच एक फुट नोट मांगो अखीर दे विच मंदिर दा दित्ता गया क्योंकि लोकां तो वोटां लैतियां गईयां सीगियां डिवेलपमेंट दे मुद्दे मैं उही कह रहा हां डिवेलपमेंट दा मुद्दा 2014 दे विच ओह मुद्दा छोटा हो गया सीगा मैनीफेस्टो विच बिल्कुल मैं कहा जी ओह मुद्दा बिल्कुल ओह कहिंदे जी बिल्कुल हाशिए ते है फुट नोट दे उपर है इहदी इन्नी इंपोर्टेंस नहीं है ये बिल्कुल उसे तरीके दे नाल है जिवें आपां कहीए कि आर्टिकल 370 खत्म करना लेकिन जब J&K दे विच पावर दे विच आ गया वह कहिंदे छड्डो जी इह तां साडा मुद्दा नहीं है जिस वेले वाजपेयी सरकार आई है उन्होंने कहा आर्टिकल 370 राम मंदिर ये सारे मुद्दे जिहड़े हैगे बैक बर्नर ते रखांगे पहला मुद्दा जिहड़ा हैगा वह देश का विकास है यानी कि तुसी अपनी सुविधा के मुताबिक उस मुद्दे नूं चाहे अगे कर लो चाहे पिछे कर लो गल ये हैगा भी अगर डिवाइड एंड रूल की राजनीति अगर तुसी समाज नूं पाड़न की राजनीति दे विचों अपनी सत्ता नूं कढ़न की कोशिश कर रहे हैं तो 2019 दे इलैक्शन दे विच पता चल जाएगा
कि कौन जिहड़ा हैगा किहड़ी राजनीति कर रहा। अजीत भुल्लर, सवाल तुहाडे ते उठा, तुसीं डिवाइड एंड रूल की राजनीति करते पे हो, इहदा मतलब भारतीय जनता पार्टी जां आरएसएस घट गिनतियां लई खतरा आ? इस तरह जी, पहलां ते मैं इस गल ते सहमत नहीं ना दी भी उत्थे सिर्फ मस्जिद सी, मस्जिद भी मंदिर नूं ढा के ही बनाई गई, उत्थे पहलां कोई मस्जिद नहीं सी, बाबर दे टाइम तों बनाई गई है। कला इसे चीज़ का ही डिस्प्यूट है, नहीं तो बाबर ने जिहड़े तख्त बह के हिंदुस्तान दे विच एंट्री की, अज भी वो तख्त हैगा, उत्ते कोई क्लेम नहीं करता भी उत्ते ही मंदिर बनाउणा जां उत्ते ही गुरुद्वारा बनाउणा। जिहड़ी चीज़ बाबर ने डिमोलिश किए, और एक मंदिर नहीं बहुत सारे मंदिरों ने डिमोलिश किए जो मुगल इत्थे आए ने, और उन्होंने थावां ते मस्जिदां बनाईआं। अगर मैं तां तुहानूं सारिआं नूं तंगी करदा, अगर इतिहास दे पन्ने ना फरोलो एवें उलझ जाओगे फायदा कोई नहीं, क्योंकि देखो बड़ी सीधी गल है, सियासत दा इतिहास बोल दिंदी है ना, पता ही रहण नहीं दिंदी सी इतिहास है किहड़ा। मैं पहले कह रहा इतिहास तोड़ मरोड़ के पेश करना साडी सियासत नाल आदत हो चुकी है। ਜਿਹੜਾ ਕੋਈ ਸਾਡੀ ਮੰਗ ਹੈ, ਚਾਹੇ ਉਹ ਧਾਰਮਿਕ ਤੌਰ ਦੇ ਉੱਤੇ ਹੈ, ਸਾਡੇ ਕਿਸੇ ਗੁਰੂਆਂ ਨਾਲ ਜੁੜੀ ਹੋਈ, ਚਾਹੇ ਉਹ ਸਿੱਖ ਹੋਣ, ਚਾਹੇ ਮੁਸਲਿਮ ਹੋਣ, ਚਾਹੇ ਹਿੰਦੂ ਹੋਣ, ਚਾਹੇ ਕ੍ਰਿਸਚਨ ਹੋਣ, ਉਹਨਾਂ ਦਾ ਹੱਕ ਹੈ, ਉਹ ਮੰਗ ਕਰ ਸਕਦੇ ਆ, ਉਹ 'ਚ ਡਿਵਾਈਨ ਰੂਲ ਵਾਲੀ ਕਿਹੜੀ ਗੱਲ ਹੈ। ਮੈਂ ਮੇਰੇ ਨਾਲ ਕਾਂਗਰਸ ਦੇ ਪ੍ਰਵਕਤਾ ਬੈਠੇ ਨੇ, ਜਦੋਂ ਜਾਮਾ ਮਸਜਿਦ ਦੇ ਸਾਹਮਣੇ ਸਫਾਈ ਕੀਤੀ ਗਈ, ਸੰਜੇ ਗਾਂਧੀ ਨੇ ਉੱਥੇ ਖੜ੍ਹ ਕੇ ਸ਼ਾਹੀ ਇਮਾਮ ਨੂੰ ਇਹ ਕਿਹਾ ਸੀ ਵੀ ਅਗਰ ਤੂੰ ਸਾਡੇ ਖਿਲਾਫ਼ ਚੱਲਣਾ ਹੈ ਤਾਂ ਪਾਕਿਸਤਾਨ ਡਿਵਾਈਡ ਕਰਤਾ, ਇੱਥੋਂ ਜਦੋਂ ਮਰਜ਼ੀ ਤੂੰ ਜਾ ਸਕਦਾ ਹੈ, ਇਹ ਹੁਣ ਹਿੰਦੁਸਤਾਨ ਬਣ ਚੁੱਕਿਆ, ਇੱਥੇ ਸਾਡੇ ਹਿਸਾਬ ਨਾਲ ਰਹਿਣਾ ਪਊਗਾ। ਨਹੀਂ ਇਸ ਤਰ੍ਹਾਂ ਦੀ ਕੋਈ, ਬਿਲਕੁਲ 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 ਸਟੇਟਮੈਂਟ ਆ ਉਹਦੀ, ਕੋਈ ਸਟੇਟਮੈਂਟ ਦੀ ਸਟੇਟਮੈਂਟ ਨਹੀਂ ਉੱਥੇ, ਔਰ ਸਾਹਮਣੇ ਕਰਤਾਰਪੁਰ ਦਾ ਲਾਂਘਾ ਮੰਗਦੇ ਪਏ, ਉਹਨੂੰ ਦੇ ਦਿਓ ਫਿਰ, ਨਹੀਂ ਦੇਣਗੇ, ਦੇ ਦਿਓ ਉਹਨਾਂ ਨੂੰ ਫਿਰ, ਸਾਰੇ ਧਰਮ ਇੱਕੋ ਜਿਹੇ ਆ ਨਾ, ਕਰਤਾਰਪੁਰ ਦਾ ਲਾਂਘਾ ਤਾਂ ਇਹੀ ਮੰਗ ਰਹੇ, ਉਹ ਥੋੜਾ ਮੰਗ, ਕੌਣ ਮੰਗ ਰਿਹਾ? ਸਿੱਖ ਮੰਗਦੇ ਪਏ ਆ, ਸਿੱਖ ਮੰਗਦੇ ਪਏ ਤਾਂ ਇੱਥੋਂ ਦੇ ਦੇਣਾ ਜੀ, ਦੇਣਾ ਤੇ ਪਾਕਿਸਤਾਨ ਨੇ, ਤੁਸੀਂ ਪਾਕਿਸਤਾਨ ਤੇ ਕੋਈ ਪਾਕਿਸਤਾਨ ਦੇ ਦੇਣਾ ਪਿਓ, ਤੁਸੀਂ ਤਾਂ ਗੱਲਬਾਤ ਹੀ ਨਹੀਂ ਕਰਦੇ, ਕਿਉਂ ਨਹੀਂ ਗੱਲਬਾਤ ਕਰ ਰਹੇ ਜੀ? ਜਿਹੜਾ ਬੰਦਾ ਜਾ ਕੇ ਆਂਦਾ, ਜਿਹੜੇ ਨਾਲ ਗੱਲਬਾਤ ਹੁੰਦੀ ਹੈ ਉਹਨੂੰ ਤੁਸੀਂ ਗਦਾਰ ਕਹਿ ਦਿੰਦੇ ਹੋ, ਉਹਨੇ ਗੱਲਬਾਤ ਕਰਨੀ ਕੀਤੀ, ਪਹਿਲਾਂ ਪਰਚਾ ਨਹੀਂ ਕੀਤਾ ਉਹਦੇ ਖਿਲਾਫ, ਨਹੀਂ ਨਹੀਂ ਪਹਿਲਾਂ ਗੱਲਬਾਤ ਕਰਨੀ ਕੀਤੀ ਤੇ ਦੱਸ ਦੇ, ਅਜੇ ਤੱਕ ਤੂੰ ਇਹ ਨਹੀਂ ਦੱਸ ਸਕਿਆ ਗੱਲਬਾਤ ਉਹਦੀ ਹੋਈ ਕਿਹਦੇ ਨਾਲ ਹੈ, ਕੋਈ ਅਫੀਸ਼ੀਅਲ ਗੱਲਬਾਤ ਹੋਈ ਹੈ, ਕੋਈ ਉਹਨੇ ਉੱਥੇ ਜਾ ਕੇ ਸਰਕਾਰ ਦੇ ਤੌਰ ਤੇ ਕੋਈ ਗੱਲਬਾਤ ਕੀਤੀ ਹੋਵੇ ਤੇ ਦੱਸੇ, ਉੱਥੋਂ ਦੀ ਪਾਕਿਸਤਾਨ ਦੀ ਸਰਕਾਰ ਹੀ ਮੁੱਕਰੀ ਵੀ ਸਾਡੇ ਨਾਲ ਗੱਲਬਾਤ ਹੀ ਨਹੀਂ ਹੋਈ, ਉਹ ਕਦੋਂ ਮੁੱਕਰੀ ਹੈ ਤਾਂ ਗਲਤ ਤੁਸੀਂ ਬਿਆਨ ਕਰ ਰਹੇ ਹੋ, ਬਿਲਕੁਲ ਖਿਲਾਫ ਬਿਲਕੁਲ। ਇਨਫੈਕਟ ਮੈਂ ਤੁਹਾਨੂੰ ਦੱਸਦਾ, ਰੀਸੈਂਟਲੀ ਆਪਣੇ ਨਵਜੋਤ ਸਿੱਧੂ ਦਾ ਇੱਕ ਕਾਨਫਰੰਸ ਮੈਂ ਅਟੈਂਡ ਕਰ ਰਿਹਾ ਸੀਗਾ, ਉਹਦੇ ਵਿੱਚ ਉਹਨਾਂ ਨੇ ਕਲੀਅਰਲੀ ਇਹ ਗੱਲ ਕਹੀ ਹੈ ਕਿ ਜਦ 5 ਵਾਰ ਜਾਂ 6 ਵਾਰ ਉਹਨਾਂ ਨੇ ਇਹ ਗੱਲ ਕਹੀ ਕਿ ਅਸੀਂ ਲਾਂਘਾ ਦੇਣ ਵਾਸਤੇ ਤਿਆਰ ਹਾਂ, ਤਾਂ ਕਹਿੰਦਾ ਮੈਂ ਤਾਂ ਉੱਥੇ ਜੱਫੀਆਂ ਕੀ ਪੱਪੀਆਂ ਵੀ ਪਾਊਂਗਾ, ਯਾਨੀ ਹੀ ਵਾਸ ਸੋ ਹੈਪੀ, ਮਤਲਬ ਇਹ ਹੈਗਾ ਉਹ ਕੋਈ ਡਿਫੈਂਸਿਵ ਨਹੀਂ ਹੈ ਇਸ ਗੱਲ ਦੇ ਉੱਪਰ, ਔਰ ਇਹ 5-6 ਦਿਨਾਂ ਦੀ ਪਹਿਲਾਂ ਦੀ ਗੱਲ ਹੈ, ਮੈਂ ਉਹਦੀ ਗੱਲ ਕਰ ਰਿਹਾ, ਆਈ ਵਾਸ ਪ੍ਰੈਜ਼ੈਂਟ ਦੇਅਰ ਐਟ ਦੈਟ ਟਾਈਮ। ਸਰਜੀਤ ਸਿੰਘ ਸਵੈਟ ਜੀ, ਤੁਹਾਡੀ ਪਾਰਟੀ ਇਸ ਮੁੱਦੇ ਦੀ ਗੱਲ ਕਰਦੀ ਹੈ ਕਰਤਾਰਪੁਰ ਲਾਂਘੇ ਦੀ, ਮੈਂ ਇਸ ਨਾਲ ਜੋੜਨਾ ਨਹੀਂ ਚਾਹੁੰਦਾ ਸੀ, ਪਰ ਹਰਜੀਤ ਭੁੱਲਰ ਨੇ ਆਪ ਹੀ ਗੱਲ ਕੀਤੀ ਹੈ ਕਿ ਸਾਡੀ ਪਾਰਟੀ ਤਾਂ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ। ਸਰਜੀਤ ਸਿੰਘ ਸਵੈਟ, ਤੁਸੀਂ ਹੁਣ ਜਿਹੜੀ ਮੰਗ ਕਰਦੇ ਪਏ ਹੋ, ਕੇਂਦਰ ਸਰਕਾਰ ਨੇ ਤੁਹਾਡੀ ਗੱਲ ਕਿੰਨੀ ਸੁਣੀ? ਕਿਹੜੇ ਬਾਰੇ? ਆ ਕਰਤਾਰਪੁਰ ਲਾਂਘੇ। ਦੇਖੋ, ਕੇਂਦਰ ਸਰਕਾਰ ਨੇ ਗੱਲ ਸੁਣਨ ਦੀ ਬਜਾਏ ਸਗੋਂ ਕੋਸ਼ਿਸ਼ ਇਹ ਕੀਤੀ ਹੈ ਵੀ ਕਿਸੇ ਵੀ ਤਰ੍ਹਾਂ ਇਹ ਲਾਂਘਾ ਨਾ ਖੁੱਲ੍ਹੇ। ਉਹਦਾ ਕਾਰਨ ਸਪਸ਼ਟ ਤੌਰ 'ਤੇ ਹੈਗਾ ਕਿ ਅਕਾਲੀ ਦਲ ਦਾ ਭਾਈਵਾਲ ਹੈਗਾ। ਸਵੈਟ ਸਾਹਿਬ, 10 ਸਾਲ ਤੁਹਾਡੀ ਸਰਕਾਰ ਸੀ, ਤੁਸੀਂ ਲਾਂਘਾ ਲੈ ਲੈਂਦੇ, ਮੈਨੂੰ ਬੋਲ ਲੈਣ ਦੇ। ਨਹੀਂ ਨਹੀਂ, ਤੁਸੀਂ ਫਿਰ ਗਲਤ ਨਾ ਨਾ ਬਿਆਨਬਾਜ਼ੀ ਕਰੋ। 10 ਸਾਲ ਤੁਹਾਡੀ ਸਰਕਾਰ ਸੀ, ਮਨਮੋਹਨ ਸਿੰਘ ਤੁਹਾਡੇ ਪ੍ਰਧਾਨ ਮੰਤਰੀ ਸੀ, ਸਿੱਖ ਸੀਗੇ, 1 ਮਿੰਟ ਤੋਂ ਪਹਿਲਾਂ ਖਲਵਾ ਲੈਂਦੇ ਉੱਥੇ। ਜਦੋਂ ਪਾਕਿਸਤਾਨ ਦੇ ਵਿੱਚ, ਹੁਣ ਵਿੱਚ ਨਾ ਬੋਲਿਓ, ਜਦੋਂ ਪਾਕਿਸਤਾਨ ਦੇ ਵਿੱਚ ਸਰਕਾਰ ਬਦਲੀ ਹੈ, ਹੁਣ ਨਵਾਂ ਪ੍ਰਧਾਨ ਮੰਤਰੀ ਆਇਆ, ਅਤੇ ਹੁਣ ਉੱਥੋਂ ਦਾ ਜਿਹੜਾ ਆਰਮੀ ਦਾ ਚੀਫ ਹੈ ਉਹ ਵੀ ਬਾਜਵਾ ਪਹਿਲਾਂ ਨਾਲੋਂ ਡਿਫਰੈਂਟ ਨਵਾਂ ਹੋਏਗਾ ਉਹ, ਜਦੋਂ ਉਹਨਾਂ ਵੱਲੋਂ ਇੱਕ ਔਫਰ ਆਈ ਹੈਗੀ ਹੈ ਕਿ ਅਸੀਂ, ਉਹਨਾਂ ਵੱਲੋਂ ਸ਼ੁਰੂਆਤ ਹੋਈ ਹੈਗੀ ਹੈ, ਸਿੱਧੂ ਸਾਹਿਬ ਨਾਲ ਗੱਲਬਾਤ ਕੀਤੀ, ਦੱਸਿਆ ਉਹਨਾਂ ਨੇ ਕਿ ਅਸੀਂ ਇਹ ਮਨ ਬਣਾਇਆ ਹੈ, ਅਸੀਂ ਤਿਆਰ ਹਾਂ, ਅਤੇ ਜਦੋਂ ਉਹਨਾਂ ਨੇ ਆ ਕੇ ਇੰਡੀਆ ਦੇ ਵਿੱਚ ਗੱਲ ਕੀਤੀ, ਪ੍ਰਧਾਨ ਮੰਤਰੀ ਨਾਲ ਗੱਲ ਕੀਤੀ, ਸੁਸ਼ਮਾ ਸਵਰਾਜ ਜੀ ਨਾਲ ਕੀਤੀ, ਸਾਡੇ ਮੁੱਖ ਮੰਤਰੀ ਜੀ ਨੇ ਗੱਲ ਕੀਤੀ, ਤਾਂ ਕਿਹੜੀ ਰੋਕ ਟੋਕ ਸੀਗੀ? ਇੱਥੋਂ ਤੱਕ ਵੀ ਹੋ ਗਿਆ ਸੀਗਾ, ਜਿਹੜਾ ਉੱਥੇ ਜਿਹੜਾ ਜਨਰਲ ਅਸੈਂਬਲੀ ਦੇ ਵਿੱਚ ਮੀਟਿੰਗ ਹੋਣੀ ਸੀਗੀ ਦੋਨਾਂ ਵਿਦੇਸ਼ ਮੰਤਰੀਆਂ ਦੀ, ਉਹਦੇ ਬਾਅਦ ਫੈਸਲਾ ਵੀ ਹੋ ਗਿਆ ਸੀਗਾ, ਲੇਕਿਨ ਇੱਕਦਮ ਫਿਰ ਉਹਨਾਂ ਨੇ
ਅਕਾਲੀਆਂ ਦੇ ਕਹਿਣ 'ਤੇ ਜਾਂ ਆਪਣੇ ਕਹਿਣ 'ਤੇ ਕਿ ਇਹ ਜਿਹੜਾ ਹੈਗਾ ਕਾਂਗਰਸ ਦੇ ਸਰਕਾਰ ਪੰਜਾਬ 'ਤੇ ਹੈਗੀ ਹੈ, ਇਸ ਮੌਕੇ ਨਾ ਹੋ ਜਾਵੇ, ਇਹਨਾਂ ਨੂੰ ਕਿਤੇ ਕੋਈ ਬੈਨੀਫਿਟ ਨਾ ਮਿਲ ਜਾਵੇ। ਅਸੀਂ ਕੀ ਬੈਨੀਫਿਟ ਲੈਣਾ? ਇਹ ਤਾਂ ਪੂਰੇ ਪੰਜਾਬ ਦੇ ਲੋਕ, ਪੂਰਾ ਸਿੱਖ ਪੰਥ ਚਾਹੁੰਦਾ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹ ਜਾਵੇ, ਸਾਰੇ ਦਰਸ਼ਨ ਕਰਨ ਜਾਂ ਗੁਰਦੁਆਰਾ ਸਾਹਿਬ ਦੇ ਉੱਤੇ। ਸਵੈਰ ਸਾਹਿਬ ਬਾਬਾ ਨਾਨਕ ਜੀ ਤੁਹਾਡੇ ਮੁੱਖ ਮੰਤਰੀ ਇਹ ਨਹੀਂ ਚਾਹੁੰਦੇ, ਇਹਨੇ ਹੁਣ ਦੇਣਗੇ ਜੀ, ਹੁਣ ਵੀ ਜੋ ਮਰਜ਼ੀ ਕਹੀ ਜਾਣਾ, ਅੱਜ ਤੱਕ ਸਾਡੇ ਮੁੱਖ ਮੰਤਰੀ ਨੇ ਕਦੇ ਮੰਗ ਹੀ ਨਹੀਂ ਕੀਤੀ ਇਸ ਵਾਰ, ਇਹ ਨਹੀਂ ਹੁਣ ਦੇਣਗੇ। ਕਿਉਂ ਨਹੀਂ ਕੀਤੀ? ਜਾ ਕੇ ਮਿਲ ਕੇ ਆਏ ਨੇ, ਮੈਂ ਕਹਿੰਦਾ ਹੀ ਉਹ ਵੀ ਮਿਲ ਕੇ ਆਏ, ਚਿੱਠੀ ਵੀ ਲਿਖੀ ਹੈ, ਠੀਕ ਹੈ, ਤੇ ਇਹਨਾਂ ਨੇ ਲੇਕਿਨ ਹੁਣ ਨਹੀਂ ਦੇਣਾ ਇਹ, ਕਿਉਂਕਿ ਇਹ ਨਹੀਂ ਚਾਹੁੰਦੇ ਕਿ ਇਹ ਜਿਹੜੀ ਹੈਗੀ ਹੈ ਜਦੋਂ ਸਾਡੀ ਕਾਂਗਰਸ ਸਰਕਾਰ ਪੰਜਾਬ 'ਚ ਹੈਗੀ ਇਸ ਵੇਲੇ ਹੋ ਜਾਵੇ। ਲੇਕਿਨ ਸਾਨੂੰ ਕਰੰਟ ਨਹੀਂ ਚਾਹੀਦਾ ਕੋਈ, ਅਸੀਂ ਤਾਂ ਕਹਿੰਦੇ ਲਾਂਘਾ ਖੁੱਲ੍ਹੇ, ਸਾਰੇ ਲੋਕ ਪੰਜਾਬ ਦੇ ਪੂਰੇ ਲੋਕ ਸਿੱਖ ਪੰਥ ਜਾ ਕੇ ਦਰਸ਼ਨ ਕਰ ਗੁਰਦੁਆਰਾ ਸਾਹਿਬ ਦੇ। ਚਲੋ ਇੱਕ ਹੋਰ ਛੋਟਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਵਾਪਸ ਫਿਰ ਇਸੇ ਰਾਮ ਮੰਦਿਰ ਦੇ ਮੁੱਦੇ 'ਤੇ ਜਿਹੜੀ ਹੋਰ ਰਾਜਨੀਤੀ ਉਸ 'ਤੇ ਵਾਪਸ ਆਵਾਂਗੇ, ਕਿਹੜਾ ਕਾਨੂੰਨ ਬਣਾਏਗਾ ਮੰਦਿਰ, ਬ੍ਰੇਕ ਤੋਂ ਵਾਪਸ ਆ ਕੇ ਫਿਰ ਇਹ ਸਵਾਲ ਪੁੱਛਾਂਗੇ। ਰਾਮ ਮੰਦਰ ਤੇ ਕਾਨੂੰਨ ਬਣਾਉਣ ਦੀ ਮੰਗ ਕਰਕੇ ਆਰ ਐਸ ਐਸ ਨੇ ਕੇਂਦਰ ਸਰਕਾਰ ਨੂੰ ਕਿਹੜੇ ਰਾਹ 'ਤੇ ਪਾਇਆ? ਮੁਹੰਮਦ ਖਾਲਿਦ, ਇਹ ਸਵਾਲ ਦਾ ਜਵਾਬ ਦਿਓ ਮੈਨੂੰ। ਬਿਲਕੁਲ, ਇਹ ਜਵਾਬ ਬਿਲਕੁਲ ਮੈਂ ਐਕਸਪੈਕਟ ਕਰ ਰਿਹਾ ਸੀਗਾ। ਦੋ ਚੀਜ਼ਾਂ ਇਹਦੇ ਵਿੱਚ ਇਨਵੋਲਵ ਨੇ। ਨੰਬਰ 1, ਕਿਸੇ ਵੀ ਵਿਅਕਤੀ ਨੂੰ ਅਗਰ ਸੁਪਰੀਮ ਕੋਰਟ ਦੇ ਵਿੱਚ ਕੋਈ ਕੇਸ ਚੱਲ ਰਿਹਾ ਹੈ, ਸਬ ਜੁਡਿਸ ਹੈ ਮਾਮਲਾ, ਉਹਦੇ ਉੱਪਰ ਕੋਈ ਜ਼ਿਆਦਾ ਟਿੱਪਣੀਆਂ ਕਰਨੀਆਂ ਨਹੀਂ ਚਾਹੀਦੀਆਂ ਆਪਾਂ ਨੂੰ, ਕਿਸੇ ਨੂੰ ਵੀ ਮੰਦਰ ਬਣਨਾ ਜਾਂ ਉਹ ਜਾਂ ਇਹ ਜ਼ਮੀਨ ਕਿਹਦੀ ਹੈ, ਕਿਉਂਕਿ ਸੁਪਰੀਮ ਕੋਰਟ ਉਹਨੂੰ ਦੇਖ ਰਹੀ ਹੈ। ਦੂਸਰੀ ਚੀਜ਼ ਇਹ ਹੈਗੀ ਹੈ ਕਿ ਪਾਰਲੀਮੈਂਟ ਦਾ ਆਪਣਾ ਇੱਕ ਪ੍ਰੈਰੋਗੇਟਿਵ ਹੈ, ਪਾਰਲੀਮੈਂਟ ਕਾਨੂੰਨ ਬਣਾ ਸਕਦੀ ਹੈ ਕਿਸੇ ਵੀ ਇਸ਼ੂ ਦੇ ਉੱਪਰ। ਹੁਣ ਗੱਲ ਇਹ ਹੈਗੀ ਹੈ ਕਿ ਕਿਆ ਪਾਰਲੀਮੈਂਟ ਦਾ ਬਣਾਇਆ ਹੋਇਆ ਕਾਨੂੰਨ ਜਿਹੜਾ ਹੈ, ਇਹ ਜਿਵੇਂ ਕਿ ਕਹਿ ਰਹੇ ਹਾਂ ਕਿ ਕਾਨੂੰਨ ਬਣਨਾ ਚਾਹੀਦਾ, ਕਿਆ ਉਹਦੇ ਵਾਸਤੇ ਕੰਸੈਂਸਸ ਕਰਨਾ, ਜਿਵੇਂ ਕਿ ਸ਼ੁਰੂ ਤੋਂ ਹੋ ਰਿਹਾ ਕਿ ਕੰਸੈਂਸਸ ਨਾਲ ਸਾਰਾ ਕੁਝ ਹੋਗਾ, ਜਾਂ ਮਜੋਰਿਟੀ ਦੇ ਨਾਲ ਮਜੋਰਿਟੇਰੀਅਨਿਜ਼ਮ ਆਪਣੀ ਦਿਖਾ ਕੇ ਕਾਨੂੰਨ ਥੋਪਿਆ ਜਾਣਾ, ਜਾਂ ਉਹਦੇ ਵਾਸਤੇ ਆਰਡੀਨੈਂਸ ਕਰਨਾ? ਤਿੰਨੇ ਚੀਜ਼ਾਂ ਦੇ ਵਿੱਚ ਕਿਆ ਅਗਰ ਕਾਨੂੰਨ ਬਣੇਗਾ ਉਹ ਜੁਡੀਸ਼ੀਅਲ ਰਿਵਿਊ ਤੋਂ ਬਾਹਰ ਹੋਏਗਾ? ਕਿਆ ਉਹਨੂੰ ਚੁਣੌਤੀ ਜਿਹੜੀ ਹੈਗੀ ਹੈ ਸੁਪਰੀਮ ਕੋਰਟ 'ਚ ਨਹੀਂ ਦਿੱਤੀ ਜਾਊਗੀ, ਜਦਕਿ ਸੁਪਰੀਮ ਕੋਰਟ ਆਲਰੇਡੀ ਇਸ ਚੀਜ਼ ਨੂੰ ਜਿਹੜੀ ਹੈਗੀ ਹੈ ਇਸ ਚੀਜ਼ ਨੂੰ ਉਹਦੇ ਵਿਚਾਰ ਅਧੀਨ ਹੈ। ਅਗਰ ਉਹਦੇ ਵਿਚਾਰ ਅਧੀਨ ਹੈ ਤਾਂ ਇੱਕ ਰਿਸਪੋਂਸੀਬਲ ਪੋਜੀਸ਼ਨ 'ਤੇ ਹੋ ਕੇ ਇਹਨਾਂ ਚੀਜ਼ਾਂ ਤੋਂ ਬਿਲਕੁਲ ਹੀ ਅਲੱਗ ਰਹਿਣਾ ਚਾਹੀਦਾ, ਕਿਉਂਕਿ ਜਦ ਇੱਕ ਮੇਜਰ ਸਟੇਕ ਹੋਲਡਰ ਜਿੰਨੇ ਵੀ ਹੈਗੇ ਆ ਉਹ ਇਹ ਗੱਲ ਕਹਿ ਰਹੇ ਹੈ ਕਿ ਵੀ ਜੋ ਵੀ ਕੋਰਟ ਦਾ ਫੈਸਲਾ ਹੋਏਗਾ, ਜਿਹੜਾ ਮੁਸਲਿਮ ਪੱਖ ਹੈ ਜਾਂ ਜਿਹੜਾ ਹਿੰਦੂ ਪੱਖ ਹੈ ਜਾਂ ਬਾਕੀ ਜਿੰਨੇ ਵੀ ਹੈਗੇ, ਉਹ ਕਹਿੰਦੇ ਵੀ ਅਸੀਂ ਕੋਰਟ ਦੇ ਸਨਮਾਨ ਫੈਸਲੇ ਦਾ ਸਨਮਾਨ ਕਰਾਂਗੇ, ਕੋਰਟ ਜੋ ਫੈਸਲਾ ਕਰੂਗੀ ਉਹਦੇ ਮੁਤਾਬਕ ਹੋਏਗਾ। ਹੁਣ ਆਪਾਂ ਕੋਰਟ ਦੇ ਉੱਪਰ ਹੀ ਸਾਰੇ ਆਸਥਾ ਕਿਉਂ ਨਹੀਂ ਲਾ ਕੇ ਬਹਿ ਜਾਂਦੇ? ਕਿਉਂ ਆਪਾਂ ਫਿਰ ਵੀ ਬਿਆਨਬਾਜ਼ੀ ਕਰਕੇ ਉਹਨੂੰ ਉਹਦਾ ਪੋਲੀਟੀਕਲ ਫਾਇਦਾ ਲੈਣ ਦੀ ਕੋਸ਼ਿਸ਼ ਕਰਦੇ? ਤੁਹਾਨੂੰ ਮੋਹਨ ਭਾਗਵਤ ਦੇ ਬਿਆਨ ਤੋਂ ਇਹ ਲੱਗਦਾ ਕਿ ਪੋਲੀਟੀਕਲ ਫਾਇਦਾ ਲੈ ਰਹੇ ਹੋ? ਐਗਜੈਕਟਲੀ, ਉਹ ਤਾਂ ਹੈ ਹੀ। ਦੇਖੋ ਇੱਦਾਂ ਹੈਗਾ, ਆਰ ਐਸ ਐਸ ਨੂੰ ਇਹ ਕਹਿਣਾ ਕਿ ਇੱਕ ਕਲਚਰਲ ਆਰਗਨਾਈਜੇਸ਼ਨ ਹੈ, ਮੈਂ ਕਹਿੰਦਾ ਉਹ ਇੱਕ ਧੂਲ ਪਾਉਣ ਦੇ ਜਿਵੇਂ ਅੱਖਾਂ 'ਚ ਧੂਲ ਪਾਈ ਦੀ ਹੈ। ਆਰ ਐਸ ਐਸ ਅਸੈਂਸ਼ਲੀ ਇੱਕ ਪੋਲੀਟੀਕਲ ਆਰਗਨਾਈਜੇਸ਼ਨ ਹੈ, ਉਹਦਾ ਇੱਕ ਪੋਲੀਟੀਕਲ ਏਜੰਡਾ ਹੈਗਾ, ਉਸ ਏਜੰਡੇ ਦੇ ਮੁਤਾਬਕ ਹੀ ਕਿਆ ਆਰ ਐਸ ਐਸ ਜਿਹੜਾ ਹੈਗੀ ਆ ਉਹਦੀ ਸਪੋਰਟ ਰਾਮ ਜਨਮ ਭੂਮੀ ਮੂਵਮੈਂਟ ਨੂੰ ਨਹੀਂ ਸੀਗੀ? ਕਿਆ ਆਰ ਐਸ ਐਸ ਦੀ ਸਪੋਰਟ ਜਿਹੜੀ ਹੈਗੀ ਉਹ ਬੀਜੇਪੀ ਨੂੰ ਹੈ? ਸਵਾਲ ਸਿੱਧਾ ਕਰ ਦਿੰਦਾ ਜੀ, ਭਾਰਤੀ ਜਨਤਾ ਪਾਰਟੀ ਅਗਲੀਆਂ ਚੋਣਾਂ ਮੋਦੀ ਦੇ ਚਿਹਰੇ ਨਾਲ ਨਹੀਂ ਲੜਨਾ ਚਾਹੁੰਦੀਆਂ, ਰਾਮ ਮੰਦਰ ਦੇ ਮੁੱਦੇ 'ਤੇ ਲੜਨਾ ਚਾਹੁੰਦੀਆਂ? ਦੇਖੋ ਇੱਦਾਂ ਹੈਗਾ ਕਿ ਜਿਹੜਾ ਪਿਛਲਾ ਇਲੈਕਸ਼ਨ ਸੀਗਾ ਉਹ ਬਿਲਕੁਲ ਡਿਫਰੈਂਟ ਇਲੈਕਸ਼ਨ ਸੀਗਾ 2014 ਦਾ, ਉਹਦੇ ਵਿੱਚ ਲੋਕਾਂ ਨੂੰ ਇਹ ਆਸ ਸੀਗੀ ਕਿ ਇੱਕ ਐਸਾ ਵਿਅਕਤੀ ਜਿਹੜਾ ਕਿ 10-15 ਸਾਲ ਤੋਂ ਚੀਫ ਮਿਨਿਸਟਰ ਹੈ, ਇੱਕ ਐਸੇ ਸਟੇਟ ਦਾ ਚੀਫ ਮਿਨਿਸਟਰ ਹੈ ਜਿਹੜਾ ਕਿ ਬੜਾ ਪ੍ਰੋਗਰੈਸਿਵ ਸਟੇਟ ਸਮਝਿਆ ਜਾਂਦਾ, ਇਸ ਕਰਕੇ ਉਮੀਦ ਹੈ ਕਿ ਜਿਹੜਾ ਹੈਗਾ ਡਿਵੈਲਪਮੈਂਟ ਜਿਹੜੀ ਹੈਗੀ ਹੈ ਉਹਨੂੰ ਪ੍ਰਾਥਮਿਕਤਾ ਦਿੱਤੀ ਜਾਏਗੀ। ਅਗਰ ਬੀਜੇਪੀ ਆਉਣ ਵਾਲਾ ਇਲੈਕਸ਼ਨ ਉਸ ਚੀਜ਼ ਨੂੰ ਹਟਾ ਕੇ ਰਾਮ ਮੰਦਿਰ ਜਾਂ ਕਿਸੇ ਹੋਰ ਇਮੋਸ਼ਨਲ ਇਸ਼ੂ 'ਤੇ ਲੜਨਾ ਚਾਹੁੰਦੀ ਹੈ ਤਾਂ ਉਹਦਾ ਫੈਸਲਾ ਲੋਕ ਇਲੈਕਸ਼ਨ ਦੇ ਟਾਈਮ 'ਤੇ ਕਰਨਗੇ ਕਿ ਤੁਸੀਂ ਆਪਣਾ ਚਿਹਰਾ ਬਦਲ ਕੇ ਇਲੈਕਸ਼ਨ ਕਿਉਂ ਲੜ ਰਹੇ ਹੋ? ਪਹਿਲਾਂ ਪੁਰਾਣੇ ਜਿਹੜਾ ਹਿਸਾਬ ਕਿਤਾਬ ਸੀਗਾ, ਪੁਰਾਣੇ ਜਿਹੜੇ ਵਾਅਦੇ ਸੀਗੇ ਉਹਨਾਂ ਦਾ ਹਿਸਾਬ ਕਿਤਾਬ ਦਿਓ। ਸਰਜੀਤ ਸਿੰਘ ਸਵੈਚ, ਕਾਂਗਰਸ ਸੈਕੂਲਰ ਹੈ, ਇਹ ਕੋਈ ਦੱਸਣ ਦੀ ਲੋੜ ਹੈਗੀ ਹੈ? ਤੇ ਤੁਸੀਂ ਫਿਰ ਕਿਉਂ ਹੁਣ ਮੱਥੇ ਟੇਕਣ ਜਾਂਦੇ ਸਾਰੇ? ਦੇਖੋ ਗੱਲ ਪਤਾ ਕੀ ਹੈ, ਸੋਰੀ ਮੈਂ ਹੱਸ ਪਿਆ, ਬਟ ਬਹੁਤ ਵੱਡੀ ਗੱਲ ਕੀਤੀ ਹੈ ਤੁਸੀਂ, ਬੜੇ ਸ਼ਾਨ ਨਾਲ ਸਵੈਚ ਸਾਹਿਬ ਕਹਿ ਰਹੇ ਜੀ, ਕੋਈ ਸ਼ੰਕਾ ਹੁਣ ਜਵਾਬ ਦੇਣ ਲੈਂਦੇ। ਜਿੱਥੋਂ ਤੱਕ ਵਿਅਕਤੀਗਤ ਤੌਰ 'ਤੇ ਹੈਗਾ, ਮੈਂ ਆ ਜਾਂ ਕੋਈ ਆ ਜਿਹਨੇ ਪੈਨਲਿਸਟ ਬੈਠੇ ਆ, ਪੂਰੇ ਹਿੰਦੁਸਤਾਨ ਦੇ ਲੋਕ ਨੇ ਜੀ, ਸਾਰੇ ਦੇਸ਼ ਦੀ ਆਬਾਦੀ ਆਸਥਾ ਦੇ ਵਿੱਚ, ਧਰਮ ਦੇ ਵਿੱਚ ਹਰ ਇੱਕ ਇਨਸਾਨ ਦਾ ਵਿਸ਼ਵਾਸ ਕਿਤੇ ਨਾ ਕਿਤੇ ਹੁੰਦਾ ਹੈ, ਕਿਸੇ ਮੰਦਿਰ ਜਾਣਾ, ਗੁਰਦੁਆਰੇ ਜਾਣਾ, ਮੱਠ ਜਾਣਾ, ਇੱਕ ਵਿਸ਼ਵਾਸ ਹੁੰਦਾ, ਇੱਕ ਦਿਖਾਵਾ ਹੁੰਦਾ, ਕੋਈ ਜਿਹਾ ਬਹੁਤ ਫਰਕ ਹੈ। ਇਹ ਤਾਂ ਦੇਖੋ ਹਰ ਇੱਕ ਦਾ ਆਪਦਾ ਹੈਗਾ, ਮੈਂ ਜਾਣਾ, ਮੈਂ ਦਿਖਾਵੇ ਵਾਸਤੇ ਜਾਣਾ, ਜਾਂ ਮੇਰੀ ਸੱਚੀ ਵਿਅਕਤੀ ਹੈ ਜਾਂ ਸੱਚੀ ਆਸਥਾ ਹੈਗੀ ਹੈ, ਇਹ ਤਾਂ ਹਰ ਇੱਕ ਇਨਸਾਨ ਦਾ ਇੰਡੀਵਿਜੁਅਲ ਵਿਅਕਤੀਗਤ ਤੌਰ 'ਤੇ ਮਾਮਲਾ ਹੈਗਾ। ਲੇਕਿਨ ਬਤੌਰ ਪਾਰਟੀ ਕਾਂਗਰਸ ਦਾ ਇਸ ਤਰ੍ਹਾਂ ਨਾਲ ਜਿਹੜਾ ਹੈਗਾ ਉਹ ਧਰਮ ਨਿਰਪੱਖਤਾ ਨਾਲ ਸੈਕੂਲਰ ਪਾਰਟੀ ਦੇ ਤੌਰ 'ਤੇ ਹਮੇਸ਼ਾ ਅਸੀਂ ਖੜ੍ਹੇ ਹਾਂ ਅਤੇ ਰਹਾਂਗੇ। ਵਿਸ਼ਵਾਸ ਨੂੰ ਪ੍ਰਚਾਰਨ ਦੀ ਲੋੜ ਕਿਉਂ ਪੈ ਰਹੀ ਹੈ?
ਤੁਸੀਂ ਬੀਜੇਪੀ ਦੀ ਰਾਹ ਤੇ ਤਾਂ ਨਹੀਂ ਤੁਰ ਪਏ? ਨਹੀਂ, ਪ੍ਰਚਾਰ ਅਸੀਂ ਨਹੀਂ ਕਰ ਰਹੇ, ਪ੍ਰਚਾਰ ਕਰ ਰਹੇ ਮੋਹਨ ਭਾਗਵਤ ਜੀ। ਦੇਖੋ ਜੋ ਗੱਲਾਂ 'ਚ ਕਹਿ ਰਹੇ ਨੇ ਕਿ ਰਾਮ ਮੁੰਦੇ 'ਤੇ ਪੋਲੀਟਿਕਸ ਹੋ ਰਹੀ ਹੈ, ਲੇਕਿਨ ਪੋਲੀਟਿਕਸ ਖੁਦ ਆਪ ਕਰ ਰਹੇ ਨੇ। ਇਸ ਚੋਣਾਂ ਦੇ ਵੇਲੇ ਮੁੱਦਾ ਉਠਾ ਕੇ ਖੁਦ ਪੋਲੀਟਿਕਸ ਕਰ ਰਹੇ ਨੇ, ਖੁਦ ਇਸ ਮੁੱਦੇ ਨੂੰ, ਰਾਮ ਮੰਦਿਰ ਦੇ ਮੁੱਦੇ ਨੂੰ ਮੁੱਖ ਮੁੱਦਾ ਬਣਾ ਰਹੇ ਨੇ। ਕਿਉਂਕਿ ਅੱਜ ਸਾਬਤ ਹੋ ਗਿਆ ਕਿ ਦੇਸ਼ ਕਾ ਚੌਕੀਦਾਰ ਚੋਰ ਹੈ। ਜਦੋਂ ਸਾਰੇ ਦੁਨੀਆਂ ਦੇ ਵਿੱਚ, ਘਰ ਘਰ ਦੇ ਵਿੱਚ, ਪੂਰੇ ਦੇਸ਼ ਦੇ ਵਿੱਚ ਚੌਕੀਦਾਰ ਚੋਰ ਹੈ, ਚੌਕੀਦਾਰ ਚੋਰ ਹੈ ਦੀ ਆਵਾਜ਼ ਉੱਠਣ ਲੱਗ ਪਈ, ਉਹਨਾਂ ਨੂੰ ਲੱਗ ਪਿਆ ਕਿ ਸਰਕਾਰ ਦੁਬਾਰਾ ਬੀਜੇਪੀ ਨਹੀਂ ਆਏਗੀ, 19 ਦੇ ਵਿੱਚ ਹਾਰੇਗੀ, ਤਾਂ ਇਹ ਮੁੱਦਾ ਜਿਹੜਾ ਹੈਗਾ ਰਾਮ ਮੰਦਿਰ ਦਾ ਸੁਭਾਵਿਕ ਤੌਰ 'ਤੇ ਸਾਹਮਣੇ RSS ਨੇ ਲਿਆਂਦਾ ਕਿ RSS ਜਿਹੜੀ ਹੈਗੀ ਹੈ। ਤੁਹਾਨੂੰ ਲੱਗਦਾ ਕਿ RSS ਨੇ ਕੇਂਦਰ ਸਰਕਾਰ ਲਈ ਇੱਕ ਰਾਹ ਤਿਆਰ ਕੀਤਾ ਵੀ ਅਗਲੀਆਂ ਚੋਣਾਂ 'ਚ ਤੁਸੀਂ ਕਿਵੇਂ ਉਤਰਨਾ? ਉਹ ਕਹੇ ਹਮੇਸ਼ਾ ਕਰਦੇ ਨੇ ਉਹ RSS, ਬੀਜੇਪੀ ਤਾਂ RSS ਦੇ ਉਹ ਪਿੱਛੋਂ ਉਹਨਾਂ ਦੀ ਸਾਰੀ ਉਹ ਕਰਦੇ, ਸਰਕਾਰ ਚਲਾਉਂਦੇ ਨੇ। ਜਸੇ ਸਿੰਘ RSS ਸਰਕਾਰ ਚਲਾਉਂਦੀ ਹੈ? ਜਸੇ ਸਿੰਘ, RSS ਨੇ ਪਹਿਲਾਂ ਕਿਹਾ ਸੀ ਸਰਕਾਰ ਅਸੀਂ ਨਹੀਂ ਚਲਾਉਂਦੇ, ਸਰਕਾਰ ਨਾਗਪੁਰ ਤੋਂ ਨਹੀਂ ਚੱਲਦੀ, ਅਤੇ ਹੁਣ ਇਹੀ ਗੱਲਾਂ ਦੁਬਾਰਾ ਫਿਰ ਤੁਸੀਂ ਲੋਕ ਕਹਿ ਰਹੇ ਹੋ? ਨਹੀਂ ਨਹੀਂ, RSS ਤਾਂ ਨੋ ਡਾਊਟ ਪ੍ਰੋਪਰ ਉਹਦਾ ਇੱਕ ਵਿੰਗ ਹੈ ਜਿਹੜਾ ਹਰ ਥਾਂ 'ਤੇ ਜਿੱਥੇ ਇਲੈਕਸ਼ਨਸ ਹੁੰਦੀਆਂ ਉੱਥੇ ਬੀਜੇਪੀ ਤੋਂ ਪਹਿਲਾਂ RSS ਪਹੁੰਚ ਜਾਂਦੀ ਹੈ, ਭਾਵੇਂ ਤ੍ਰਿਪੁਰਾ 'ਚ ਜਦੋਂ ਇਹ ਜਿੱਤੇ ਹੈ ਇੰਨੀ ਹੈਵੀ ਮੈਜੋਰਿਟੀ ਨਾਲ, ਉੱਥੇ ਤਾਂ RSS ਸਾਲ ਪਹਿਲਾਂ ਜਾ ਕੇ ਬਹਿ ਗਈ ਸੀਗੀ, ਐਂਡ RSS ਦੇ ਬੰਦੇ ਹੀ ਸੀਗੇ ਜਿਹੜੇ ਟੀਸ਼ਰਟਾਂ ਪਾ ਕੇ ਟ੍ਰੇਨਾਂ 'ਚ ਚੜ੍ਹ ਜਾਂਦੇ ਸੀ, ਟੀਸ਼ਰਟਾਂ ਦੇ ਉੱਪਰ ਪ੍ਰਧਾਨ ਮੰਤਰੀ ਮੋਦੀ ਦੀ ਫੋਟੋਆਂ ਲੱਗੀਆਂ ਹੁੰਦੀਆਂ ਸੀਗੀਆਂ। ਸੋ ਇੱਦਾਂ ਇੱਕ ਵੇਵ ਜੀ ਕ੍ਰੀਏਟ ਕਰਦੇ ਆ, ਬਹੁਤ ਇਹਨਾਂ ਦੇ ਬੰਦੇ ਹੁੰਦੇ ਆ ਜਿਹੜੇ ਛੋਟੇ ਛੋਟੇ ਗਰੁੱਪਸ ਦੇ ਵਿੱਚ ਤੁਹਾਡੇ ਨਾਲ ਵੀ ਬੈਠੇ ਹੋ ਸਕਦੇ ਆ, ਅਤੇ ਉਹ ਨਾਲ ਬੈਠ ਕੇ ਇਸ ਤਰੀਕੇ ਨਾਲ ਆਮ ਆਦਮੀ ਪਾਰਟੀ ਨੂੰ ਪੂਰੀ ਸਪੋਰਟ ਦਿੱਤੀ ਸੀ RSS ਨੇ? ਮੈਨੂੰ ਨਹੀਂ ਪਤਾ, ਵੈਸੇ ਮੇਰੀ ਨੌਲੇਜ ਨਹੀਂ ਹੈ। ਪਾਰਟੀ ਬਣਨ ਤੋਂ ਪਹਿਲਾਂ ਸਪੋਰਟ ਮਿਲੀ ਸੀ? ਮੈਨੂੰ ਬਿਲਕੁਲ ਵੀ ਆਈਡੀਆ ਨਹੀਂ, ਮੈਂ ਪਤਾ ਕਰ ਲੂੰਗਾ। ਤੁਹਾਨੂੰ ਲੱਗਦਾ ਪੁੱਲਰ ਸਾਹਿਬ ਇੱਕ ਮਿੰਟ ਸਪੋਰਟ ਕੀਤੀ ਤੁਸੀਂ ਇਹਨਾਂ ਅੰਦੋਲਨ ਸਪੋਰਟ ਕੀਤੀ ਸੀ ਪਾਰਟੀ ਬਣਨ ਤੋਂ ਪਹਿਲਾਂ? ਦੇਖੋ ਤੁਸੀਂ ਤਾਂ ਬਹੁਤ ਸਪੋਰਟ ਕਰਦੇ ਹੋ ਨਾ, ਵੈਸੇ ਤੁਸੀਂ ਰਾਜਨੀਤੀ ਪਾਸੇ ਹੋ। ਗੱਲ ਇਸ ਰਹੀ ਤੇ ਮੈਂ ਸਵੈਰ ਸਾਹਿਬ ਦੀ ਗੱਲ ਦਾ ਪੁੱਛਣਾ ਚਾਹੁੰਦਾ ਹਾਂ। ਨਹੀਂ ਪਹਿਲਾਂ ਦੱਸੋ, ਪਹਿਲਾਂ ਮੇਰਾ ਜਵਾਬ ਦੇ ਦੇਣੇ ਤੁਸੀਂ, ਮੈਨੂੰ ਵੀ ਦੱਸ ਦੇ, ਮੇਰਾ ਸਵਾਲ ਤਾਂ ਕਲੀਅਰ ਨਾ, ਪਹਿਲਾਂ ਮੇਰਾ ਸਵਾਲ ਤਾਂ ਕਲੀਅਰ ਕਰ ਦਿਓ, ਮੇਰਾ ਡਾਊਟ ਕਲੀਅਰ ਹੋ ਜਾਵੇ। ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਕਿ ਅਸੀਂ ਕੋਈ ਕਿਸੇ ਦੀ ਸਪੋਰਟ ਕਰਦੇ ਹਾਂ। ਠੀਕ ਹੈ, ਨੇਸ਼ਨ ਵਾਸਤੇ ਅਸੀਂ ਚਾਹੁੰਦੇ ਹਾਂ ਕਿ ਹਾਂ ਕੋਈ ਐਸੇ ਲੋਕ ਅੱਗੇ ਆਉਣ ਜਿਹੜਾ RSS ਨੇ ਸਪੋਰਟ ਕੀਤੀ ਸੀ ਅੰਨਾ ਹਜ਼ਾਰੇ ਤੇ ਅਰਵਿੰਦ ਕੇਜਰੀਵਾਲ ਦੇ ਅੰਦੋਲਨ ਨੂੰ। ਅਸੀਂ, ਮੈਂ ਨਹੀਂ ਕਹਿੰਦਾ ਵੀ ਅਸੀਂ ਅੰਨਾ ਹਜ਼ਾਰੇ ਦੇ ਜਾਂ ਕੇਜਰੀਵਾਲ ਦੇ ਕੀਤੀ ਸੀਗੀ। ਠੀਕ ਹੈ, ਬਾਬਾ ਰਾਮਦੇਵ ਦੇ ਅਸੀਂ ਸਪੋਰਟ ਕਰਦੇ ਰਹੇ ਹਾਂ ਜਦੋਂ ਅੰਦੋਲਨ ਚੱਲਿਆ, ਔਰ ਸਾਨੂੰ ਲੱਗਿਆ ਸੀਗਾ ਵੀ ਇੱਕ ਸਾਫ ਸੁਥਰਾ ਅੰਦੋਲਨ ਚੱਲੇਗਾ। ਅਰਵਿੰਦ ਕੇਜਰੀਵਾਲ ਦੀ ਲੋੜ ਹੋਵੇ ਉਦੋਂ ਇਹਨਾਂ ਨੇ ਸਪੋਰਟ ਕੀਤਾ ਹੋਵੇ, ਉਦੋਂ ਰਾਜਨੀਤੀ ਜ਼ਰੂਰਤ ਪੈਂਦੀ ਇਹਨਾਂ ਨੂੰ। ਉਦੋਂ ਜਦੋਂ ਦੇਖਿਆ ਕਿ ਅਰਵਿੰਦ ਕੇਜਰੀਵਾਲ ਨੇ ਆ ਕੇ ਜਿਹੜਾ ਪ੍ਰਧਾਨ ਮੰਤਰੀ ਮੋਦੀ ਦਾ ਜਿਹੜਾ ਰਿਲਾਇੰਸ ਦੇ ਨਾਲ ਲਿੰਕਸ ਹੈਗੇ ਆ ਜਾਂ ਬੀਜੇਪੀ ਦੇ ਜਿਹੜੇ ਲਿੰਕਸ ਨੇ, ਜਦੋਂ ਉਹਨਾਂ ਦੇ ਵੀ ਪੁੱਲਾਂ ਖੋਲੀਆਂ ਨਾਲ ਦੇ ਨਾਲ, ਤਾਂ ਹੋ ਸਕ ਤੇ ਉਸ ਤੋਂ ਬਾਅਦ ਇਹਨਾਂ ਨੇ ਸਾਡੇ ਤੇ ਵੀ ਗੱਲ ਹੈ ਕਿ ਉਹਨਾਂ ਨੇ ਮਾਫੀਆਂ ਮੰਗੀਆਂ ਨੇ, ਪਰ ਕੋਈ ਨਾ ਮਾਫੀਆਂ ਦੀ ਇੱਥੇ ਗੱਲ ਜਿਸ ਦਿਨ ਕਰੋਗੇ ਮੈਂ ਤੁਹਾਨੂੰ ਹੋਰ ਬਹੁਤ ਮਾਫੀਆਂ ਗਿਣਵਾਉਂਗਾ। ਉਹ ਤਾਂ ਜੋ ਤੁਹਾਡੇ ਅਕਬਰ ਮਿਨਿਸਟਰ ਨੇ ਕਰਨ ਦੀ ਕੋਸ਼ਿਸ਼ ਕੀਤੀ, MJ ਅਕਬਰ ਨੇ, ਠੀਕ ਹੈ ਨਾ, ਉਹ ਹੋ ਜਾਂਦਾ ਕਿ ਤੁਸੀਂ ਕੀ ਹਾਲ ਸ਼ੁਰੂ ਕਰੋਗੇ ਇੱਕ ਮਿੰਟ ਮੈਂ ਦੱਸ ਦੇਣਾ, ਜਿੱਥੇ ਇੱਥੇ ਇਹਨਾਂ ਨੇ ਵਰਡ ਯੂਜ਼ ਕੀਤਾ ਸੀ ਖਾਲਿਦ ਸਾਹਿਬ ਨੇ, ਮੈਜੋਰਿਟੇਰੀਅਨ ਪੋਲੀਟਿਕਸ। ਦੇਖੋ ਮੈਜੋਰਿਟੇਰੀਅਨ ਪੋਲੀਟਿਕਸ ਕੀ ਹੁੰਦੀ ਹੈ, ਕਿ ਅਪੀਜ਼ਮੈਂਟ ਪੋਲੀਟਿਕਸ ਦਾ ਇੱਕ ਪਾਰਟ ਹੈ ਕਿ ਜਨਤਾ ਦੇ ਵਿੱਚ ਜਿਹਦੀ ਮੈਜੋਰਿਟੀ ਹੋਏਗੀ ਉਹਦੇ ਵਾਸਤੇ ਪੋਲਿਸੀਜ਼ ਬਣਨਗੀਆਂ, ਠੀਕ ਹੈ ਨਾ। ਇਹ ਮੈਜੋਰਿਟੇਰੀਅਨ ਪੋਲੀਟਿਕਸ ਜੋ ਹੈ ਬੀਜੇਪੀ ਪੂਰੇ ਤਰੀਕੇ ਨਾਲ ਹੁਣ ਫੋਲੋ ਕਰਨਾ ਸ਼ੁਰੂ ਹੋ ਗਈ। ਤੁਸੀਂ ਦੇਖੋ ਇਹਨਾਂ ਦੀ ਕਿਸੇ ਨੇ ਗੱਲ ਨਾਲ ਹਿੰਦੂਵਾਦ ਜਾਂ ਹਿੰਦੁੱਤਵ ਦੇ ਨਾਲ ਰਿਲੇਟਡ ਕੋਈ ਨਾ ਕੋਈ ਗੱਲ ਜੋੜਦੇ ਆ, ਠੀਕ ਹੈ। ਉਹਦੇ ਨਾਲ ਲੋਕਾਂ ਦੀ ਭਾਵਨਾਵਾਂ ਜਿਹੜੀਆਂ ਨਾ ਉੱਧਰਲੇ ਪਾਸੇ ਇਨਕਲਾਈਨ ਹੋ ਜਾਂਦੀਆਂ, ਠੀਕ ਹੈ। ਅੱਜ ਦੀ ਡੇਟ ਦੇ ਵਿੱਚ ਮੈਂ ਵੈਸੇ ਮਾਫੀ ਚਾਹੁੰਦਾ ਮੈਂ, ਪਰ ਬਈ ਥੋੜ੍ਹਾ ਟਾਈਮ ਜ਼ਿਆਦਾ ਲੈ ਰਿਹਾ। ਤੁਸੀਂ ਇਹ ਦੇਖੋ KP ਸਿੰਘ ਜੀ, ਜਿੰਨੀ ਵਾਰ ਵੀ ਖਾਲਿਸਤਾਨ ਦਾ ਨਾਰਾ ਵੱਜਦਾ ਹੈ ਨਾ, ਉਸ ਨਾਰੇ ਦੇ ਨਾਲ ਜਿਹੜੇ ਹੋਰ ਰਿਲੀਜਨ ਦੇ ਲੋਕ ਨੇ ਉਹ ਇਨਸਿਕਿਓਰ ਹੁੰਦੇ ਆ। ਇੱਦਾਂ ਹੀ ਜਿੰਨੀ ਵਾਰ ਹਿੰਦੂ ਰਾਸ਼ਟਰ ਦਾ ਨਾਰਾ ਵੱਜਦਾ ਹੈ, ਜਿੰਨੇ ਹਿੰਦੂ ਰਿਲੀਜਨ ਤੋਂ ਇਲਾਵਾ ਰਿਲੀਜਨ ਨੇ ਉਹਨਾਂ ਦੇ ਮਨ 'ਚ ਵੀ ਇੱਕ ਇਨਸਿਕਿਉਰਿਟੀ। ਜਦੋਂ ਕੇਜਰੀਵਾਲ ਸਾਹਿਬ ਬੋਲੀ ਜਾਂਦੇ, ਪਲੀਜ਼ ਨਹੀਂ ਨਹੀਂ ਜਵਾਬ ਦਿਓ ਨਾ, ਤੁਸੀਂ ਗਲਤ ਗੱਲ ਨਾ ਕਰੋ, ਸੁਣ ਲਓ ਪਹਿਲਾਂ। ਜਦੋਂ ਕੇਜਰੀਵਾਲ ਸਾਹਿਬ ਇੱਕ ਅੱਤਵਾਦੀ ਦੇ ਘਰੇ ਰਹਿ ਗਏ ਹੁੰਦੇ ਨੇ, ਪਲੀਜ਼ ਅਲਾਓ ਮੀ ਟੂ ਕੰਪਲੀਟ, ਬੋਲੋ ਬੋਲੋ, ਥੋੜਾ ਜਿਹਾ ਸਿੱਖੋ ਕਿਵੇਂ ਡਿਬੇਟਸ ਬੈਠਣਾ ਹੈ, ਹਾਂ ਬੋਲੋ ਗੱਲ ਪੂਰੀ ਕਰੋ, ਠੀਕ ਹੈ। ਕਈ ਹੋਇਆ ਮੈਂ ਇਹਦੇ ਡਾਉਨ ਹੈ, ਇਹਦੇ 'ਚ ਕੀ ਹੈ, ਦੇਖੋ ਸਮਝਦਾਰ ਪੋਲੀਟਿਕਸ ਕਦੀ ਵੀ ਇਸ ਮੁੱਦੇ ਦਾ ਸਹਾਰਾ ਨਹੀਂ ਲੈਂਦੀ, ਬਟ ਕੁਛ ਸ਼ਰਾਰ
ਭਾਰਤੀ ਤੰਤਰ ਨੇ ਜਿਹੜੇ ਜਾਣ ਬੁੱਝ ਕੇ ਕਦੇ ਖਾਲਿਸਤਾਨ ਦਾ ਨਾਰਾ ਮਾਰਦੇ ਆ ਤੇ ਕਦੇ ਹਿੰਦੂ ਰਾਸ਼ਟਰ ਦਾ ਨਾਰਾ ਮਾਰਦੇ ਆ, ਉਹਦੇ ਨਾਲ ਲੋਕਾਂ ਦੀ ਭਾਵਨਾਵਾਂ ਭੜਕਾ ਕੇ। ਤੁਸੀਂ ਆਰਐਸਐਸ ਨੂੰ ਵੀ ਸ਼ਰਾਰਤੀ ਤੰਤਰ ਕਹਿ ਰਹੇ ਹੋ? ਮੈਂ ਤਾਂ ਕਹਿ ਰਿਹਾ ਜਿਹੜਾ ਵੀ ਮਰਿਆਦਾ ਪੁਰਸ਼ੋਤਮ ਭਗਵਾਨ ਰਾਮ ਉਹਨਾਂ ਦੀਆਂ ਭਾਵਨਾਵਾਂ ਦਾ ਪ੍ਰਤੀਕ ਹੈਗੀ ਆ। ਜੇ ਮੋਹਨ ਭਾਗਵਤ ਨੇ ਗੱਲ ਕਹਿਤੀ ਤੇ ਤੁਹਾਨੂੰ ਸਾਰਿਆਂ ਨੂੰ ਉਹਦੇ ਵਿੱਚ ਰਾਜਨੀਤੀ ਕਿਉਂ ਨਜ਼ਰ ਆ ਰਹੀ ਹੈ? ਨਹੀਂ, ਗੱਲ ਇਹ ਹੈਗੀ ਹੈ ਕਿ ਇੱਕ ਅਗਰ ਮੁੱਦਾ ਹੁੰਦਾ ਨਾ, ਉਹਨੂੰ ਬੈਠ ਕੇ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾਵੇ, ਉਹ ਇੱਕ ਡਿਫਰੈਂਟ ਇਸ਼ੂ ਹੁੰਦਾ। ਜਿਸ ਵੇਲੇ ਤੁਸੀਂ ਇਹ ਕਹੋ ਕਿ ਨਹੀਂ ਆਪਾਂ ਰਾਮ ਭਗਤ ਸਾਰਿਆਂ ਨੂੰ ਸਾਰੀ ਜਗ੍ਹਾ ਤੋਂ ਇਕੱਠੇ ਕਰਕੇ ਆਪਾਂ ਇੱਕ ਮਸੀਤ ਨੂੰ ਢਾਉਣਾ, ਪਹਿਲਾਂ ਤਾਂ ਢਾ ਕੇ ਇਹ ਕਹਿਣਾ ਵੀ ਹੁਣ ਅੱਜ ਆਪਾਂ ਬਾਬਰ ਦੀ ਜਿਹੜੀ ਉਹ ਕੁਰੀਤੀ ਸੀਗੀ ਉਹ ਤੋਂ ਮੁਕਤੀ ਪਾ ਲਈ। ਉਹ ਕੁਰੀਤੀ ਥੀ ਜਾਂ ਨਹੀਂ ਥੀ, ਕਿਉਂਕਿ ਬਾਬਰ ਕਦੇ ਅਯੋਧਿਆ ਨਹੀਂ ਗਿਆ, ਹਿਸਟਰੀ ਇਹ ਕਹਿੰਦੀ ਹੈ ਬਾਬਰ ਕਦੇ ਅਯੋਧਿਆ 'ਚ ਨਹੀਂ ਦਾਖਲ ਹੋਇਆ। ਲੇਕਿਨ ਜਿਹੜੀ ਜਿਸ ਵੇਲੇ ਤੁਸੀਂ ਇਹ ਕਹਿ ਕੇ ਉਸ ਤੋਂ ਬਾਅਦ ਕਹੋ ਕਿ ਨਹੀਂ ਹੁਣ ਆਪਾਂ ਇੱਥੇ, ਕਿਉਂਕਿ ਇਸੇ ਜਗ੍ਹਾ ਦੇ ਉੱਪਰ ਇਹ ਸਾਡਾ ਇੱਕ ਤਰ੍ਹਾਂ ਵਿਸ਼ਵਾਸ ਹੈ ਕਿ ਇਸੇ ਜਗ੍ਹਾ 'ਤੇ ਜਿੱਥੇ ਮਸਜਿਦ ਸੀਗੀ ਉਸੇ ਜਗ੍ਹਾ 'ਤੇ ਰਾਮ ਪੈਦਾ ਹੋਏ ਸੀਗੇ, ਅਗਰ ਇਸ ਚੀਜ਼ ਦੇ ਉੱਪਰ ਉਸ ਤੋਂ ਬਾਅਦ ਇਹਨੂੰ ਅਸੀਂ ਢਾ ਕੇ ਦੁਬਾਰਾ ਬਣਾਵਾਂਗੇ ਤਾਂ ਉਹ ਵਿਵਾਦ ਦਾ ਵਿਸ਼ਾ ਬਣ ਜਾਂਦਾ। ਔਰ ਨਾਲ ਹੀ ਇਹਦੇ ਵੀ ਹੈਗੇ ਆ ਕਿ ਜਿਸ ਵੇਲੇ ਤੁਸੀਂ ਇਸ ਚੀਜ਼ ਦੀ ਕੰਸਿਸਟੈਂਸੀ ਨਾ ਦੇਖੋ, ਇਹ ਚੁੱਪ ਕਰਕੇ ਬਹਿ ਜਾਂਦੇ ਆ। ਉਸ ਤੋਂ ਬਾਅਦ ਜਿਸ ਵੇਲੇ ਇਲੈਕਸ਼ਨ ਦਾ ਦੌਰ ਆਉਂਦਾ ਉਹ ਫਿਰ ਉਜਾਗਰ ਹੋ ਜਾਂਦਾ, ਫਿਰ ਚੁੱਪ ਹੋ ਜਾਂਦੇ ਆ। ਕਈ ਵਾਰ ਇਹ ਮੁੱਦਾ ਬੜਾ ਇੰਪੋਰਟੈਂਟ ਹੈ, ਕਈ ਵਾਰ ਹਾਸ਼ੀਏ ਦੇ ਉੱਪਰ, ਕਈ ਵਾਰ ਇਹ ਮੁੱਦਾ ਹੈ ਹੀ ਨਹੀਂ। ਇਹ ਇਸ ਤੋਂ ਇਹ ਲੱਗਦਾ ਹੈ ਕਿ ਰਾਜਨੀਤੀ ਹੁੰਦੀ ਹੈ, ਰਾਜਨੀਤੀ ਹੁੰਦੀ। ਇੱਕ ਛੋਟਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਅਸੀਂ ਆਖਰੀ ਹਿੱਸੇ ਦੇ ਵਿੱਚ ਆਵਾਂਗੇ। ਕਿਹੜਾ ਕਾਨੂੰਨ ਬਣਾਏਗਾ ਮੰਦਰ? ਸਵਾਲ ਬਹੁਤ ਮਹੱਤਵਪੂਰਨ ਹੈ, ਸਵਾਲ ਅੱਜ ਦਾ ਨਹੀਂ ਹੈਗਾ, ਸਵਾਲ ਦਹਾਕਿਆਂ ਪੁਰਾਣਾ ਹੈਗਾ ਅਤੇ ਸਵਾਲ ਵਾਰ ਵਾਰ ਉਦੋਂ ਉੱਠਦਾ ਜਦੋਂ ਚੋਣਾਂ ਨੇੜੇ ਆਉਂਦੀਆਂ, ਉਦੋਂ ਸਵਾਲ ਵੱਡਾ ਹੋ ਜਾਂਦਾ। ਇਸ ਕਰਕੇ ਵੱਡੇ ਸਵਾਲ 'ਤੇ ਵੱਡੀ ਚਰਚਾ ਕਰਨੀ ਬਣਦੀ ਹੈ। ਬ੍ਰੇਕ ਤੋਂ ਵਾਪਸ ਆ ਕੇ ਰਾਮ ਮੰਦਰ 'ਤੇ ਕਾਨੂੰਨ ਬਣਾਉਣ ਦੀ ਮੰਗ ਕਰਕੇ ਆਰਐਸਐਸ ਨੇ ਕੇਂਦਰ ਸਰਕਾਰ ਨੂੰ ਕਿਹੜੇ ਰਾਹ 'ਤੇ ਪਾਇਆ? ਹਰਜੀਤ ਭੁੱਲਰ, ਤੁਸੀਂ ਹੁਣ ਆਰਐਸਐਸ ਮੁਖੀ ਦੇ ਇਸ ਬਿਆਨ ਦਾ ਵਿਰੋਧ ਤਾਂ ਨਹੀਂ ਕਰੋਗੇ? ਬਿਲਕੁਲ ਮਜਬੂਰ ਹੋ ਤੁਸੀਂ? ਨਹੀਂ, ਕੋਈ ਮਜਬੂਰੀ ਨਹੀਂ ਹੈਗੀ ਸਾਡੀ, ਸਾਡੀ ਕੋਈ ਇਹ ਬਿਆਨ ਕੋਈ ਅੱਜ ਦਾ ਨਹੀਂ ਹੈ, ਇਹ ਕੋਈ ਡਿਮਾਂਡ ਕੋਈ ਸਾਡੀ ਅੱਜ ਦੀ ਨਹੀਂ ਹੈ, ਇਹ ਡਿਮਾਂਡ ਤਾਂ ਪੁਰਾਣੀ ਚੱਲੀ ਆ ਰਹੀ ਹੈ। ਨਹੀਂ, ਉਹਨਾਂ ਨੇ ਗੱਲ ਕੀ ਹੈ ਇਸ ਮੁੱਦੇ 'ਤੇ ਰਾਜਨੀਤੀ ਹੁੰਦੀ ਰਹੀ, ਰਾਜਨੀਤੀ ਕੌਣ ਕਰਦਾ ਸੀ? ਤੁਸੀਂ ਕਰਦੇ ਸੀ? ਅਸੀਂ ਕਰਨੀ ਹੈ, ਸਾਡੀ ਤਾਂ ਡਿਮਾਂਡ ਹੈਗੀ ਹੈ, ਰਾਜਨੀਤੀ ਦੇ ਬਾਕੀ ਲੋਕ ਕਰ ਰਹੇ ਨੇ ਇਸ ਗੱਲ ਦੇ ਉੱਤੇ ਉਹਨੂੰ ਮੁੱਦਾ ਬਣਾ ਕੇ। ਅਗਰ ਕਿਸੇ ਨੇ ਬੈਠ ਕੇ ਤੁਹਾਡਾ ਤੁਹਾਡਾ ਕਾਨੂੰਨ 'ਤੇ ਵਿਸ਼ਵਾਸ ਹੈਗਾ, ਕੋਰਟ 'ਤੇ ਵਿਸ਼ਵਾਸ ਹੈਗਾ, ਤਾਂ ਤਦ ਤੱਕ ਬੈਠੇ ਹੈ? ਨਹੀਂ, ਤੁਹਾਡਾ ਕੋਰਟ 'ਤੇ ਵਿਸ਼ਵਾਸ ਹੈਗਾ? ਦੇਖੋ, ਕੋਰਟ 'ਤੇ ਵਿਸ਼ਵਾਸ ਹੈ ਤਾਂ ਹੀ ਇਹ ਇਹਦਾ ਮਤਲਬ, ਜੇ ਕੋਰਟ 'ਚ ਵਿਸ਼ਵਾਸ ਹੈਗਾ ਤੁਸੀਂ ਆਰਐਸਐਸ ਮੁਖੀ ਦੇ ਬਿਆਨ ਦਾ ਵਿਰੋਧ ਕਿਉਂ ਨਹੀਂ ਕਰਦੇ ਫਿਰ? ਕਿਸ ਤਰ੍ਹਾਂ ਵਿਰੋਧ ਕਰੀਏ? ਹਾਂ, ਜੇ ਵਿਸ਼ਵਾਸ ਹੈ ਤਾਂ ਹੀ ਅਸੀਂ ਬੈਠੇ ਹਾਂ, ਲੇਕਿਨ ਕੀ ਮੰਗ ਕਰਨਾ ਵੀ ਸਾਡਾ ਜਿਹੜਾ ਹੈਗਾ ਉਹ ਗਲਤ ਹੈ? ਮੰਗ ਉਹ ਸਹੀ ਹੈ ਉਹਨਾਂ ਦੀ, ਬਿਲਕੁਲ ਮੰਗ ਸਹੀ। ਜਸਤੇਜ ਸਿੰਘ, ਤੁਸੀਂ ਕਾਨੂੰਨ ਦੇ ਜਾਣਕਾਰ ਹੋ ਨਾਲ, ਅਦਾਲਤ ਕੀ ਕਹਿੰਦੀ ਹੈ ਇਸ ਮਾਮਲੇ 'ਤੇ? ਨਹੀਂ, ਇਹ ਬਿਲਕੁਲ ਮੇਰੇ ਹਿਸਾਬ ਨਾਲ ਇਟ ਅਮਾਊਂਟਸ ਟੂ, ਚਲੋ ਕੰਟੈਂਪਟ ਆਫ ਕੋਰਟ ਤਾਂ ਇੱਕ ਵੈਸੇ ਇੱਕ ਲੀਗਲ ਵਰਡ ਹੋ ਗਿਆ, ਪਰ ਮੈਨੂੰ ਇਹ ਲੱਗਦਾ ਕਿ ਕਿਧਰੇ ਨਾ ਕਿਧਰੇ ਕੋਰਟਸ ਦਾ ਇੱਕ ਅਪਮਾਨ ਹੈ, ਕਿਉਂਕਿ ਇਹ ਸਾਰੇਆਮ ਕਹਿ ਰਹੇ ਹੈ ਕਿ ਕੋਰਟ ਜੋ ਮਰਜ਼ੀ ਬਿਆਨਬਾਜ਼ੀ, ਮਤਲਬ ਉਹਨੂੰ ਬਿਆਨਬਾਜ਼ੀ ਜੋ ਵੀ ਆਰਡਰ ਦੇਵੇ ਉਹਨੂੰ ਇੱਕ ਬਿਆਨਬਾਜ਼ੀ ਦੇ ਤਰੀਕੇ ਨਾਲ ਲਿਆ ਜਾ ਰਿਹਾ, ਐਂਡ ਇਹ ਆਪ ਹੀ ਆਈਡੀਆ ਦੇ ਰਹੇ ਹੈ ਕਿ ਕੋਰਟਾਂ 'ਚ ਜੋ ਡਿਸੀਜਨ ਭਾਵੇਂ ਜਿਹੜਾ ਮਰਜ਼ੀ ਆਵੇ ਤੁਸੀਂ ਉਹਨੂੰ ਸਰਕਮਵੈਂਟ ਕਰਕੇ ਕੋਈ ਲਾਅ ਬਣਾ ਸਕਦੇ ਹੋ। ਇਹ ਇਹਨਾਂ ਨੇ ਮਤਲਬ ਇੱਕ ਸਾਰੇਆਮ ਕਹਿਤੀ ਹੈ ਗੱਲ। ਸੋ ਇੱਥੇ ਜੇ ਭੁੱਲਰ ਸਾਹਿਬ ਇਹ ਕਹਿ ਰਹੇ ਕਿ ਕੋਰਟਾਂ ਦਾ ਵੀ ਰਿਸਪੈਕਟ ਕਰਦੇ ਹੈ ਅਤੇ ਬਿਆਨ ਨੂੰ ਵੀ ਨਹੀਂ ਇਹ ਕੰਡੈਮ ਕਰਦੇ, ਤਾਂ ਫਿਰ ਇਹ ਵੀ ਇਹ ਕੰਟਰਾਡਿਕਟਰੀ ਸਟੇਟਮੈਂਟ ਹੈ। ਹੁਣ ਇੱਕ ਪਾਸੇ ਜਿਵੇਂ ਇਹ ਕਹਿ ਰਹੇ ਦੇਖੋ ਨਹੀਂ ਨਹੀਂ ਇਹ ਥੋੜ੍ਹਾ ਜਿਹਾ ਜਿਹੜਾ ਵਾਇਲੈਂਟ ਇਹਨਾਂ ਦੇ ਵਾਇਲੈਂਟ ਇਰਾਦੇ ਇੱਥੋਂ ਵੀ ਕਲੀਅਰ ਹੋ ਰਹੇ ਹੈ ਕਿ ਇਹਨਾਂ ਨੇ ਸਾਰੇਆਮ ਜਿਵੇਂ ਕਿਹਾ ਨਾ ਕਿ ਕੋਰਟ ਜੇ ਪੈਂਡਿੰਗ ਨਾ ਹੁੰਦਾ ਤਾਂ ਅਸੀਂ ਤਾਂ ਹਜੇ ਤੱਕ ਬਥੇਰਾ ਕੁਝ ਹੈਗਾ। ਇਹ ਆਪਾਂ ਬਸ ਜ਼ਿੰਮੇਵਾਰ ਸਾਰੇ ਬੰਦੇ ਬੈਠੇ ਹਾਂ। ਇੱਕ ਚੀਜ਼ ਬੜੀ ਬਹੁਤ ਹੀ ਗਲਤ ਹੋ ਰਹੀ ਹੈ ਦੇਸ਼ ਦੇ ਵਿੱਚ। ਤੁਹਾਨੂੰ ਪਤਾ ਹੋਊਗਾ ਕਿ ਸ਼ਾਹ ਬਾਨੋ ਕੇਸ ਦੇ ਵਿੱਚ ਜਿਸ ਵੇਲੇ ਕੋਰਟ ਨੇ ਇੱਕ ਫੈਸਲਾ ਕੀਤਾ, ਉਹਨੂੰ ਪਲਟਣ ਵਾਸਤੇ ਕਾਨੂੰਨ ਬਣਾਇਆ, ਜਿਹਦਾ ਖਮਿਆਜ਼ਾ ਜਿਹਦੇ ਬਾਰੇ ਕਾਂਗਰਸ ਦੇ ਖਿਲਾਫ ਕਿੰਨਾ ਜ਼ਿਆਦਾ ਪ੍ਰਚਾਰ ਹੋਇਆ। ਰੀਸੈਂਟਲੀ ਜਲੀਕੱਟੂ ਮਾਮਲੇ ਦੇ ਵਿੱਚ ਕੀ ਹੋਇਆ? ਕੋਰਟ ਦਾ ਫੈਸਲਾ ਸੀਗਾ, ਉਹਨੂੰ ਪਲਟਿਆ ਗਿਆ। ਉਸ ਤੋਂ ਬਾਅਦ SC ST ਐਕਟ ਦੇ ਵਿੱਚ ਕੋਰਟ ਦਾ ਫੈਸਲਾ ਸੀਗਾ, ਪਲਟਿਆ ਗਿਆ। ਸਬਰੀਮਾਲਾ ਦੇ ਵਿੱਚ ਕੱਲ੍ਹ ਹੀ ਫੈਸਲਾ ਹੋਇਆ ਪਰਸੋਂ, ਉੱਥੇ ਔਰਤਾਂ ਨੂੰ ਐਂਟਰ ਨਹੀਂ ਕੀਤਾ ਜਾ ਰਿਹਾ। ਇਹਦਾ ਮਤਲਬ ਹੈਗਾ, ਔਰ ਇਸੇ ਤਰੀਕੇ ਦੇ ਨਾਲ ਇੱਕ ਸੈਕਸ਼ਨ ਇਹ ਵੀ ਕਹਿ ਰਿਹਾ ਕਿ ਕੋਰਟ ਦਾ ਫੈਸਲਾ ਕੁਛ ਵੀ ਹੋਊਗਾ ਮੰਦਰ ਤਾਂ ਉੱਥੇ ਬਣੂਗਾ। ਮਤਲਬ ਇਹ ਹੈਗਾ ਕਿ ਤੁਸੀਂ ਇੱਕ ਜਿਹੜਾ ਬਹੁਤ ਹੀ ਸਿਗਨੀਫਿਕੈਂਟ, ਬਹੁਤ ਹੀ ਇੰਪੋਰਟੈਂਟ ਸਤੰਭ ਹੈ ਡੈਮੋਕ੍ਰੇਸੀ ਦਾ, ਉਹਨੂੰ ਤੁਸੀਂ ਚੈਲੇਂਜ 'ਤੇ ਚੈਲੇਂਜ ਕਰਦੇ ਚਲੇ ਜਾ ਰਹੇ ਹੋ। ਔਰ ਇਹ ਚੀਜ਼ ਜਿਹੜੀ ਹੈਗੀ ਆ, ਇਹ ਸਾਡੇ ਦੇਸ਼ ਵਾਸਤੇ ਵੀ, ਸਾਡੇ ਲੋਕਤੰਤਰ ਵਾਸਤੇ ਵੀ, ਔਰ ਸਾਡੀ ਓਵਰਆਲ ਗਵਰਨਿੰਗ ਸਿਸਟਮ ਵਾਸਤੇ ਬਹੁਤ ਹੀ ਖਤਰਨਾਕ ਆਉਣ ਵਾਲੇ ਬਹੁਤ ਵੱਡੀ ਚੁਣੌਤੀ ਹੈ। ਇਹ ਤਾਂ ਮੈਂ ਇੱਕ ਗੱਲ ਕਹਿਣੀ ਚਾਹੂੰਗਾ ਇਹ 'ਚ। ਹਾਂ ਹਾਂ, ਫਟਾਫਟ। ਇਹ ਤਿੰਨ ਲੋਕ ਬੈਠੇ ਨੇ, SC ST ਐਕਟ ਦੇ ਜਿਹੜਾ ਫੈਸਲਾ ਹੋਇਆ ਸਰਕਾਰ ਨੇ ਅਗਰ ਲਿਆ, ਇਹ ਤਿੰਨੇ ਕਹਿ ਦੇਣ ਗਲਤ ਹੈ। ਮੈਂ ਕਹਿੰਦਾ ਕਿਹਾ ਮੋਦੀ ਸਰਕਾਰ ਨੇ RSS ਦਾ ਜਿਹੜਾ ਏਜੰਡਾ ਹੈ ਉਹਨੂੰ ਐਡਵਾਂਸ ਕਰ ਰਹੇ ਨੇ। ਕਿਵੇਂ ਕਰ ਰਹੇ ਨੇ?
देश के जिन्हें भी वड्डे जिहड़े संस्थावां ने इंस्टीट्यूशन ने उहदे विच सुप्रीम कोर्ट है, यूनिवर्सिटी ने, यू जी सी हैगा, होर भी जिन्ने हैगे ने, इह वन बाई वन एक एक करके सारिआं नूं तबाह करते लगे ने। ਸਾਰਿਆਂ ਦੇ ਆਪਣੇ ਦੇ ਨਿਕਰਾਂ ਵਾਲੇ ਬੰਦੇ ਬਿਠਾਉਣ ਦੀ ਕੋਸ਼ਿਸ਼ ਕਰ ਰਹੇ ਤੇ ਬਿਠਾ ਰਹੇ ਨੇ। ਇਸੇ ਕਰਕੇ ਮੋਹਨ ਭਾਗਵਤ ਜੀ ਦਾ ਕੀ ਕਹਿ ਰਹੇ ਨੇ ਕਿ ਸੁਪਰੀਮ ਕੋਰਟ ਨੇ ਦੇਖੋ ਸਟੇਟਸ ਕੋ ਕੀਤਾ ਹੋਇਆ, ਸੁਪਰੀਮ ਕੋਰਟ ਨੇ ਆਰਡਰ ਦੇ ਵਿੱਚ ਉਹ ਕਹਿੰਦੇ ਨੇ ਕਿ ਮੋਦੀ ਗਵਰਨਮੈਂਟ ਆਰਡੀਨੈਂਸ ਲੈ ਕੇ ਆਵੇ, ਸੁਪਰੀਮ ਕੋਰਟ ਨੂੰ ਬਾਈਪਾਸ ਕਰੇ, ਬਾਈਪਾਸ ਕਰੇ। ਇਹ ਇੱਕ ਵੱਡੇ ਦੇਸ਼ ਦੇ ਜਿਹੜਾ ਚੌਥਾ ਸਤੰਭ ਹੈਗਾ, ਜਿਹੜਾ ਤੀਜਾ ਸਤੰਭ, ਜਿਹੜਾ ਤੀਜਾ ਸੁਪਰੀਮ ਕੋਰਟ, ਚੌਥਾ ਤੁਹਾਡਾ ਹੈਗਾ ਜਿਹੜਾ ਜਰਨਲਿਸਟ ਦਾ। ਸੋ ਉਹਨੂੰ ਬਾਈਪਾਸ ਕਰਨ ਦਾ ਮਤਲਬ ਹੈਗਾ ਕਿ ਇੰਸਟੀਟਿਊਸ਼ਨ ਦੀ ਬਿਲਕੁਲ ਪ੍ਰਵਾਹ ਨਹੀਂ ਕਰ ਰਹੇ। ਮੋਹਨ ਭਾਗਵਤ ਜੋ ਐਡੀ ਵੱਡੀ ਜੋ ਆਪਣੇ ਆਪ ਨੂੰ ਕਹਿੰਦੇ ਨੇ ਕਿ ਅਸੀਂ ਦੇਸ਼ ਦੇ ਬੜੇ ਹੈ ਜੀ, ਉਹ ਹੈ ਵਾਂ ਹੈ, ਉਹ ਸੰਸਥਾ ਜਿਹਨੇ ਗਾਂਧੀ ਤੇ ਮਤਲਬ ਮੈਂ ਹੁਣ ਕੀ ਕਹਾਂ, ਗੱਲ ਤੇ ਆਸਾ ਹੁੰਦਾ ਹੈ ਕਿ ਜਿਹਨਾਂ ਲੋਕਾਂ ਨੇ ਸਾਰੇ ਸਤੰਭ ਲਈ ਤਬਾਹ ਕਰ ਰਹੇ ਨੇ ਆ ਕੇ ਐਮਰਜੈਂਸੀ ਲੈ ਕੇ ਆਂਦੀ ਅੱਜ ਉਹ ਪੁਲਿਸ ਦਾ ਵਿਚਣਾ ਬੋਲੇ ਨਹੀਂ ਨਹੀਂ ਵਿਚਣਾ ਬੋਲੇ ਤੁਹਾਡਾ ਮਾਰ ਸਾਡੇ ਤੁਹਾਡੇ ਬੜਾ ਕਰਦੇ ਤੁਸੀਂ ਕਾਂਗਰਸ ਦੀ ਲਾਈਨ ਤੇ ਚੱਲਣਾ ਚਾਹੁੰਦੇ ਹੋ, ਮੰਨਦੇ ਤੁਸੀਂ ਹੀ ਪਏ ਹੋ ਕਿ ਅਸੀਂ ਵੀ ਕਰਦੇ ਪਏ ਆ, ਮੰਨਦੇ ਤੁਸੀਂ ਹੀ ਪਏ ਹੋ, ਓਪਨ ਹੈ ਓਪਨ ਆ ਵੀ ਕਾਂਗਰਸ ਦੀ ਲਾਈਨ ਤੇ ਚੱਲਣਾ ਤੁਸੀਂ, ਬਿਲਕੁਲ ਅਸੀਂ ਕਾਂਗਰਸ ਲਾਈਨ ਤੇ ਚੱਲ ਰਹੇ, ਤੁਸੀਂ ਇਹੀ ਤਾਂ ਕਹਿ ਰਹੇ ਹੋ ਨਾ ਤੁਸੀਂ ਵੀ ਕਰਦੇ ਰਹੇ ਹੋ ਜੀ। ਸਵਾਲ ਇਹ ਹੈਗਾ ਕਿ ਧਰਮ ਦੇ ਨਾਂ ਤੇ ਜੇ ਕੋਈ ਆਰਡੀਨੈਂਸ ਜਾਂ ਕਾਨੂੰਨ ਇਹੋ ਜਿਹਾ ਸਾਡੀ ਸੰਸਦ ਲੈ ਕੇ ਆਉਂਦੀ ਹੈ, ਸਾਡੇ ਆਉਣ ਵਾਲੇ ਸਮੇਂ ਦੇ ਲਈ, ਇਸ ਮੁਲਕ ਦੇ ਲਈ ਉਹ ਕਿਹੋ ਜਿਹਾ ਸੰਕੇਤ ਹੋਵੇਗਾ? ਤੁਹਾਨੂੰ ਪਤਾ ਵੀ ਆਪਣੇ ਇਹ ਵੀ ਕਾਨੂੰਨ ਹੈਗਾ ਕਿ 1947 ਦੇ ਵਿੱਚ ਜੋ ਮੰਦਿਰ ਹੈ ਉਹ ਮੰਦਿਰ ਮੰਨਿਆ ਜਾਏਗਾ, ਜਿਹੜਾ ਮਸਜਿਦ ਉਹ ਮਸਜਿਦ ਮੰਨੀ ਜਾਏਗੀ, ਉਹਦੀ ਜਿਹੜੀ ਹੈਗੀ ਹੈ ਉਹ ਆਈਡੈਂਟੀਟੀ ਚੇਂਜ ਨਹੀਂ ਕੀਤੀ ਜਾਏਗੀ, ਇਹ ਵੀ ਇੱਕ ਕਾਨੂੰਨ ਹੈਗਾ। ਲੇਕਿਨ ਜਿਹੜਾ ਤੁਸੀਂ ਗੱਲ ਕਹਿ ਰਹੇ ਹੋ ਕਿ ਮੰਦਿਰ ਦੇ ਮਾਮਲੇ ਵਿੱਚ ਜੇ ਮਸਜਿਦ ਦੇ ਮਾਮਲੇ ਦੇ ਵਿੱਚ, ਮੈਂ ਕਹਿੰਦਾ ਵੀ ਸਾਡੇ ਕੋਲ ਬਹੁਤ ਵੱਡੇ ਵੱਡੇ ਇਸ਼ੂ ਹੈ ਦੇਸ਼ ਦੇ ਸਾਹਮਣੇ, ਬਹੁਤ ਹੀ ਸੀਰੀਅਸ ਚੁਣੌਤੀਆਂ ਆਪਣੇ ਸਾਹਮਣੇ। ਆਪਾਂ ਇਹਨਾਂ ਚੀਜ਼ਾਂ ਤੋਂ ਜਿੰਨੀ ਜਲਦੀ ਨਿਕਲ ਕੇ ਆਪਾਂ ਆਪਣੇ ਡਿਵੈਲਪਮੈਂਟ ਦੇ ਵਿਕਾਸ ਦੇ ਏਜੰਡੇ ਵੱਲ ਜਾਵਾਂਗੇ, ਉਹ ਸਾਡਾ ਸਾਰਿਆਂ ਦਾ ਭਲਾ, ਵੋਟਾਂ ਤਾਂ ਮਿਲ ਸਕਦੀਆਂ ਇਹਦੇ ਨਾਲ, ਇਹਦੇ ਨਾਲ ਆਪਾਂ ਇੱਕ ਦੋ ਇਲੈਕਸ਼ਨ ਵੀ ਜਿੱਤ ਸਕਦੇ ਹਾਂ, ਲੇਕਿਨ ਆਪਾਂ ਦੇਸ਼ ਨੂੰ ਅੱਗੇ ਨਹੀਂ ਵਧਾ ਸਕਦੇ। ਇਹ ਬਹੁਤ ਵੱਡੀ ਚੁਣੌਤੀ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਸਾਰਿਆਂ ਵਾਸਤੇ। ਅਗਰ ਅਸੀਂ ਜਨਤਾ ਨੂੰ ਦੇਖੋ, ਜਿਸ ਵੇਲੇ ਪੋਲੀਟੀਸ਼ੀਅਨਸ ਕੋਲ ਜਾਂ ਜਿਹੜੇ ਗਵਰਨੈਂਸ ਚਲਾ ਰਹੇ ਹਾਂ ਉਹਨਾਂ ਕੋਲ ਜਿਹੜੇ ਲੌਜੀਕਲ ਰੈਸ਼ਨਲ ਮੁੱਦੇ ਖਤਮ ਹੋ ਜਾਂਦੇ ਆ, ਉਸ ਵੇਲੇ ਉਹ ਇਮੋਸ਼ਨਲ ਮੁੱਦਿਆਂ ਦਾ ਸਹਾਰਾ ਲੈਂਦੇ ਆ। ਇਹ ਕਦ ਤੱਕ ਆਪਾਂ ਲੈਂਦੇ ਰਹਾਂਗੇ, ਉਹ ਜਿਹੜਾ ਹੈਗਾ ਜ਼ਿਆਦਾ ਦੇਰ ਚੱਲਣ ਵਾਲਾ ਨਹੀਂ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਵਰਲਡ ਕਿਤੇ ਦੀ ਕਿਤੇ ਪਹੁੰਚ ਰਹੀ ਹੈ। ਇੱਕ ਵਾਰ ਅਸੀਂ ਕਹਿ ਰਹੇ ਹਾਂ ਆਪਣੇ ਆਪ ਨੂੰ ਅਸੀਂ ਦੇ ਬਹੁਤ ਜ਼ਿਆਦਾ ਤਰੱਕੀ ਕਰਨੀ ਹੈ, ਇਕਨੋਮਿਕ ਵਿਕਾਸ ਕਰਨਾ, ਦੂਜੇ ਪਾਸੇ ਇਹਨਾਂ ਮੁੱਦਿਆਂ ਦੇ ਵਿੱਚ ਅਗਰ ਆਪਾਂ ਲੱਗੇ ਰਹੇ ਤਾਂ ਦੇਸ਼ ਜਿਹੜਾ ਹੈਗਾ ਪਿੱਛੇ ਨੂੰ ਜਾਏਗਾ, ਅੱਗੇ ਨਹੀਂ ਜਾ ਸਕਦਾ। ਚਲੋ ਬਹੁਤ ਵਧੀਆ ਕਮੈਂਟਸ ਤੁਹਾਡੇ, ਮੁਹੰਮਦ ਖਾਲੀ ਤੁਹਾਡਾ ਬਹੁਤ ਧੰਨਵਾਦ, ਹਰਜੀਤ ਭੱਲਾ ਤੁਹਾਡਾ ਬਹੁਤ ਧੰਨਵਾਦ, ਸੁਰਜੀਤ ਸਿੰਘ ਸੋਇਆ ਤੁਹਾਡਾ ਬਹੁਤ ਧੰਨਵਾਦ, ਜਸਦੇਵ ਸਿੰਘ ਤੁਹਾਡਾ ਬਹੁਤ ਧੰਨਵਾਦ। ਜਿਹੜੇ ਅਸਲ ਮੁੱਦੇ ਹੈ ਕਿ ਉਹਨਾਂ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਸਾਡਾ ਫਰਜ਼ ਬਣਦਾ ਕਿ ਜਿਹੜੇ ਮੁੱਦੇ ਵੀ ਇਸ ਸਿਆਸਤ ਵਿੱਚ ਆਉਂਦੇ ਆ ਉਹ ਤੁਹਾਡੇ ਨਾਲ ਸਾਂਝੇ ਕੀਤੇ ਜਾਣ, ਤੁਹਾਡੇ ਅੱਗੇ ਰੱਖੇ ਜਾਣ, ਤਾਂ ਜੋ ਫੈਸਲਾ ਕਰ ਸਕੋ ਕਿ ਕਿਹੜੇ ਮੁੱਦੇ 'ਤੇ ਤੁਸੀਂ ਆਪਣੀ ਵੋਟ ਪਾਉਣੀ ਹੈ। ਜੇ ਤੁਸੀਂ ਮੰਦਿਰ ਦੇ ਮੁੱਦੇ 'ਤੇ ਵੋਟ ਪਾਉਣੀ ਹੈ ਜਾਂ ਮਸਜਿਦ ਦੇ ਮੁੱਦੇ 'ਤੇ ਵੋਟ ਪਾਉਣੀ ਹੈ ਜਾਂ ਕਿਸੇ ਹੋਰ ਧਰਮ ਦੇ ਮੁੱਦੇ ਵੋਟ ਪਾਉਣੀ ਹੈ, ਇਹ ਫੈਸਲਾ ਤੁਹਾਡਾ। ਪਰ ਮੁੱਦਿਆਂ 'ਤੇ ਜੇ ਵੋਟ ਪਾਉਣੀ ਹੈ ਤਾਂ ਫਿਰ ਮੁੱਦੇ ਦੇਖੋ ਜਿਹਨਾਂ ਮੁੱਦਿਆਂ ਤੋਂ ਤੁਹਾਨੂੰ ਪਾਸੇ ਕੀਤਾ ਜਾ ਰਿਹਾ। ਬਹੁਤ ਧੰਨਵਾਦ।